Pois, por favor, sim, se não estava. Só tudo de ver que. Só de ver que só de novo de santa. Para cá, para mim, com o santa. Para cá, 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 ਕਰਕਰਗੜ ਭਗਤਾਂ ਦੀ ਗੰਟੀ ਵੀ ਬਹੁਤ ਸੀ ਭਾਵੇਂ ਉਸ ਸਮੇਂ ਤੇ ਸਤਰੁਗ ਦੇ ਵਿੱਚ ਸੱਚ ਦਾ ਬੋਲ ਵਾਲਾ ਸੀ ਲੋਕ ਝੂਠ ਬੋਲਣ ਤੋਂ ਪਰਹੇਜ਼ ਕਰਦੇ ਸਨ ਪਰ ਉਸ ਵੇਲੇ ਵੀ ਕੁਛ ਕਰਨ ਵੀ ਹੁੰਦੇ ਸਤਰੁਗ ਦੇ ਵਿੱਚ ਵੀ ਪੈਦਾ ਹੋਏ ਸਨ ਔਰ ਜਿਹਨਾਂ ਦਾ ਨਾਮ ਅੱਜ ਕੱਲ੍ਹ ਦੁਨੀਆਂ ਜਾਣਦੀ ਹੈ ਚੰਗੀ ਤਰ੍ਹਾਂ ਪਰ ਨਾਮ ਸਾਨੂੰ ਜਿੰਨਾ ਸਮਾਂ ਰਾਜ ਕੀਤਾ ਉਨਾ ਸਮਾਂ ਕਲਯੁਗ ਵਾਲਾ ਮਰਤਾਰਾ ਵਰਤਾਇਆ ਉਸ ਵੇਲੇ ਨਾਮ ਰੱਖਣ ਵਾਲੇ ਤਿਰਖਾਂ ਨੂੰ ਤਰਜੀਹ ਦਿੱਤੀ ਗਈ ਔਰ ਨਾਮ ਰੱਖਣ ਵਾਲੇ ਤਿਰਖਾਂ ਦੇ ਉੱਤੇ ਤਿਰਦਰ ਕੀਤਾ ਗਿਆ ਔਰ ਹਰਨਾਥ ਨੇ ਬੋਲ ਵਾਲਾ ਇਸ ਕਰਕੇ ਕੀਤਾ ਸੀ ਕਿਉਂਕਿ ਉਹਦੇ ਕੋਲ ਪਾਵਰ ਆ ਗਈ ਪਰਮੇਸ਼ੁਰ ਤੋਂ ਪਾਵਰ ਲੈ ਕੇ ਨਾ ਮੈਂ ਅੰਦਰ ਮਰਾਂ ਨਾ ਬਾਹਰ ਆਵਾਂ ਨਾ ਮੈਂ ਕਿਸੇ ਸ਼ਾਸਕ ਤੋਂ ਮਰਾਂ ਨਾ ਨਾ ਮੈਂ ਮਹੀਨੇ ਦੇ ਕਿਸੇ ਦਿਨ ਵਿੱਚ ਮਰਾਂ ਨਾ ਮੈਂ ਕਿਸੇ ਚੁਰਾਸੀ ਜਗ ਨੂੰ ਇਹ ਜਿਹੜੇ ਗਰੀਬ ਪੈਦਾ ਕੀਤੇ ਨੇ ਨਾ ਮੈਂ ਉਹਨਾਂ ਤੋਂ ਮਰਾਂ ਔਰ ਉਸ ਵੇਲੇ ਨਾਮ ਜਪਣ ਵਾਲੇ ਲੋਕਾਂ 'ਤੇ ਜਬਰ ਕੀਤਾ ਕੋਈ ਗੱਲ ਨਹੀਂ ਖੜਕਾ ਸਕਦਾ ਕੋਈ ਪੂਜਾ ਨਹੀਂ ਕਰ ਸਕਦਾ ਕੇਵਲ ਅਤੇ ਕੇਵਲ ਨਾਮ ਮੇਰਾ ਹੀ ਜਪਿਆ ਜਾ ਰਿਹਾ ਉਸ ਵੇਲੇ ਵੀ ਕਲਕੜ ਦਾ ਵਰਤਾਰਾ ਵਰਤਿਆ ਸੀ ਸਤਰੰਗ ਦੇ ਵਿੱਚ ਜਦੋਂ ਘਰ ਘਰ ਗੁਰਮੁਖ ਸੱਚ ਬੋਲਦੇ ਸੀ ਘਰ ਘਰ ਭਗਤਾਂ ਦਾ ਬੋਲਵਾਲਾ ਸੀ ਹਰੇਕ ਘਰ ਦੇ ਵਿੱਚ ਭਗਤ ਤਕਰੀਬਨ ਭਗਤੀ ਕਰਨ ਵਾਲਾ ਮਨਜ਼ੂਰ ਪੈਦਾ ਹੁੰਦਾ ਸੀ ਤਾਂ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖਿਆ ਹੈ ਸਤਿਗੁਰੂ ਸੱਚ ਕਹਿ ਸਭ ਹੋਈ ਘਰ ਘਰ ਗੁਰਮੁਖ ਭਗਤ ਹੋਈ ਰੇਤੇ ਕਾਲਾ ਕਿੰਨੀ ਦੂਰ ਪਖੰਡ ਵੱਧ ਗਿਆ ਹਰ ਨਾ ਉਹ ਤੋਂ ਬਾਅਦ ਰੇਤਾ ਜਾਇਆ ਉਹਦੇ ਵਿੱਚ ਧਰਮ ਦੀ ਇੱਕ ਜਿਹੜੀ ਰੱਖ ਸੀ ਟੁੱਟ ਗਈ ਅਤੇ ਪਖੰਡ ਵਰਤ ਗਿਆ ਦੁਨੀਆਂ ਦੇ ਵਿੱਚ ਪਰਮੇਸ਼ਰ ਸੰਦੂਰ ਜਾਣਾ ਕਰ ਉਸ ਵੇਲੇ ਵੀ ਰੇਤੇ ਯੁੱਗ ਦੇ ਅਵਤਾਰ ਰਾਮਚੰਦਰ ਜੀ ਮਹਾਰਾਜ ਉਹਨਾਂ ਦੇ ਸਮੇਂ 'ਤੇ ਜੋ ਕੰਸ ਨੇ ਕੀਤਾ ਉਸ ਸਮੇਂ ਨਾਮ ਜਪਣ ਵਾਲਿਆਂ ਦੇ ਉੱਤੇ ਜਬਰ ਵੀ ਕੀਤਾ ਭਾਵੇਂ ਆਪ ਨਾਮ ਜਪਿਆ ਸੀ ਪਾਵਰ ਪ੍ਰਾਪਤ ਕੀਤੀ ਸੀ ਪਰ ਫਿਰ ਵੀ ਉਹ ਕਾਰਜ ਕੀਤੇ ਜੋ ਕਲਯੁਗ ਵਿੱਚ ਆਮ ਵਰਤ ਰਹੇ ਨੇ ਤੁਸੀਂ ਸਾਲ ਬਾਅਦ ਉਸ ਦਾ ਫਸਲਾ ਸਾਰਦੇ ਹੋ ਐਸੇ ਰਾਵਾਂ ਅੱਜ ਵੀ ਬਹੁਤ ਭਾਵਨ ਹੋ ਜਾਣਾ ਗਿਣਤੀ ਕੋਈ ਨਹੀਂ ਇਸ ਕਰਕੇ ਉਹਦਾ ਫਸਲਾ ਤਾਂ ਸਾੜਿਆ ਜਾਂਦਾ ਹੈ ਕਿ ਉਹ ਧਰਮ ਦਾ ਪ੍ਰਤੀ ਹੋਣ ਦੇ ਬਾਵਜੂਦ ਵੀ ਚਾਰ ਵੇਦਾਂ ਦਾ ਜਾਣਾ ਹੋਣ ਦੇ ਬਾਵਜੂਦ ਵੀ ਜੇ ਕੋਈ ਜਾਣਕਾਰ ਗਲਤੀ ਕਰੇ ਤਾਂ ਉਹ ਜ਼ਿਆਦਾ ਸਜ਼ਾ ਦਿੱਤੀ ਜਾਂਦੀ ਜਿਸ ਮੁਰਖ ਨੂੰ ਗਿਆਨ ਨਾ ਹੋਵੇ ਅਗਿਆਨਤਾ ਕਰਿਆ ਗਿਆ ਇਹਨੂੰ ਦਿਸਦਾ ਘੱਟ ਹੋਵੇ ਉਹ ਕਿਤੇ ਕੋਏ ਵਿੱਚ ਡਿੱਗ ਜਾਵੇ ਤਾਂ ਲੋਕ ਉਹਦਾ ਬਹੁਤਾ ਨਹੀਂ ਮਨਾਉਂਦੇ ਕਹਿੰਦੇ ਇਸ ਨੂੰ ਦਿਸਦਾ ਨਹੀਂ ਜਿਹੜਾ ਕੋਈ ਜਾਣ ਕੇ ਦੇਖਿਆ ਗਿਆ ਡੇਰੇ ਵਿੱਚ ਜਾਣ ਕੇ ਗਲਤੀ ਕਰੇ ਲੋਕ ਉਹਨੂੰ ਜ਼ਿਆਦਾ ਮਾੜਾ ਬਣਦੇ ਉਸ ਵੇਲੇ ਰਾਵਣ ਨੇ ਚਾਰ ਵੇਦਾਂ ਦਾ ਪਰਤਾ ਹੋਣ ਦੇ ਬਾਵਜੂਦ ਵੀ ਪਾਵਰ ਪ੍ਰਾਪਤ ਕਰਨ ਦੇ ਬਾਵਜੂਦ ਵੀ ਉਹ ਕਰਮ ਕੀਤਾ ਜੋ ਅੱਜ ਕਲਯੁਗ ਦੇ ਵਿੱਚ ਵਰਤ ਰਹੇ ਨੇ ਉਹਨਾਂ ਲੋਕਾਂ ਵਿੱਚ ਵੀ ਕਲਯੁਗ ਦਾ ਵਰਤਾਰਾ ਵਰਤਿਆ ਪਰ ਬਹੁਤ ਬੰਦੇ ਘੱਟ ਸੀ ਜਿਹੜੇ ਉਸ ਸਮੇਂ 'ਤੇ ਵਰਤਾਰਾ ਵਰਤਾਉਂਦੇ ਸੀ ਉਸ ਤੋਂ ਬਾਅਦ ਬਾਬਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਸਮੇਂ ਦੇ ਅਵਤਾਰ ਆਏ ਔਰ ਸੱਚ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਨੇ ਜੋ ਕੁਛ ਹਿੰਦੁਸਤਾਨ ਦੇ ਵਿੱਚ ਇੱਕ ਜੰਗ ਹੋਈ ਹੈ ਕੁਰੂ ਖੇਤਰ ਦੇ ਮੈਦਾਨ ਵਿੱਚ ਇਹ ਦੁਨੀਆਂ ਦੇ ਕਿਸੇ ਕੋਨੇ ਵਿੱਚ ਨਹੀਂ ਔਰ ਇੱਕ ਖੇਤਰ ਦਾ ਜੰਗ ਔਰ ਇੱਕ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਇਹ ਕਿਸੇ ਜਗ੍ਹਾ 'ਤੇ ਨਹੀਂ ਹੋਏ ਦੁਨੀਆਂ ਦੇ ਵਿੱਚ ਵਿਸ਼ਵ ਦੇ ਵਿੱਚ ਦੁਨੀਆਂ ਦੇ ਵਿੱਚ ਹਿੰਦੁਸਤਾਨ ਦੇ ਜੈਸੇ ਵੰਡ ਪਾਕਿਸਤਾਨ ਦੀ ਹੋਈ ਹੈ ਮੁਲਕਾਂ ਦੀ ਵੰਡ ਹੁੰਦੀ ਆਈ ਹੈ ਪਰ ਹੱਦਾਂ ਵੰਡੀਆਂ ਗਈਆਂ ਨੇ ਪਰ ਕਰਦੇ ਨਹੀਂ ਵੰਡੇ ਗਏ ਇੱਥੇ ਬੰਦੇ ਮੰਨੇ ਗਏ ਇਸ ਕਰਕੇ ਦੁਆਬਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਨੇ ਸੱਚ ਨੂੰ ਕਾਇਮ ਰੱਖਣ ਵਾਸਤੇ ਜੋ ਪਾਂਡਵਾਂ ਦਾ ਸੱਚ ਸੀ ਉਸ ਨੂੰ ਸਾਹਮਣੇ ਦੁਨੀਆਂ ਦੇ ਦੱਸਣ ਵਾਸਤੇ ਕਿ ਸੱਚ ਦੀ ਜੈ ਪਰਮੇਸ਼ਰ ਵੱਲੋਂ ਉਸਦੀ ਮਦਦ ਹੋ ਜਾਂਦੀ ਹੈ
ਸਵਾ ਅਰਬ ਅਰਦਾਸ ਵਾਲੇ ਦੁਨੀਆਂ ਦੇ ਵਿੱਚ ਹਿੰਦੁਸਤਾਨ ਦੀ ਧਰਤੀ ਤੇ ਮਰਿਆ ਹੈ। ਭਾਵੇਂ ਅੱਜ ਆਬਾਦੀ ਬਹੁਤ ਦੁਨੀਆਂ ਦੇ ਲੋਕ ਕਹਿੰਦੇ ਆਬਾਦੀ ਜ਼ਿਆਦਾ ਵੱਧ ਚੁੱਕੀ ਹੈ, ਪਰ ਉਸ ਵੇਲੇ 11 ਕਰੋੜ ਜਾਂ ਫੌਜ 18 ਦਿਨਾਂ ਦੇ ਵਿੱਚ ਤਕਰੀਬਨ ਤਕਰੀਬਨ 7 ਕਰੋੜ ਬੰਦਾ ਹਰ ਰੋਜ਼ ਮਰਿਆ ਹੈ। ਬਹੁਤ ਬੜੀ ਲੰਬੀ ਚੌੜੀ ਕਥਾ ਹੈ, ਮਹਾਂਪੁਰਸ਼ਾਂ ਦੀ ਯਾਦ ਆਉਣ ਵਾਸਤੇ ਆਏ ਹਾਂ। ਮੈਂ ਤਾਂ ਕੰਮ ਸਿਰਫ ਇਹ ਦੱਸਣ ਵਾਸਤੇ ਇਹ ਗੱਲ ਦੱਸੀ ਹੈ ਕਿ ਭਾਵੇਂ ਪਿਛਲੀਆਂ ਜੁਗਾਂ ਵਿੱਚ ਭਾਵੇਂ ਸਤਿਗੁਰ ਵਰਤਦਾ ਸੀ ਜਾਂ ਤ੍ਰੇਤਾ ਵਰਤਦਾ ਸੀ ਜਾਂ ਦੁਆਪਰ ਵਰਤਦਾ ਸੀ, ਉਸ ਵੇਲੇ ਸਤਿਗੁਰੀ ਬੰਦੇ ਵੀ ਸਨ ਔਰ ਕਲਯੁਗੀ ਬੰਦੇ ਵੀ ਸਨ। ਦੁਆਪਰ ਯੁੱਗ ਦੇ ਵਿੱਚ ਜੋ ਕਲਯੁਗ ਵਰਤੇ ਆ ਉਹਨੂੰ ਦੱਸਣ ਦੀ ਜ਼ਰੂਰਤ ਨਹੀਂ, ਤੁਸੀਂ ਸਾਰੇ ਜਾਣੋ। ਆਮ ਪਹਿਲੇ ਦੀ ਇਹਨਾਂ ਦੇ ਛੋਟੇ ਛੋਟੇ ਬੱਚੇ ਵੀ ਇਹਨਾਂ ਗੱਲਾਂ ਨੂੰ ਦੇਖਦੇ ਔਰ ਉਸ ਤੋਂ ਬਾਅਦ ਕਲਯੁਗ ਦੇ ਵਿੱਚ ਅਵਤਾਰ ਨਾਨਕ ਪਾਤਸ਼ਾਹ ਜੀ ਆਏ। ਭੱਟਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਇਹਦਾ ਜ਼ਿਕਰ ਕੀਤਾ ਹੈ। ਸਤਿਗੁਰ ਤੈ ਮਾਣਿਓ ਕਰਿਓ ਬਲ ਬਾਬਾ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਰਵ ਹੰਸ ਕਹਾਇਓ। ਦੁਆਪਰ ਕ੍ਰਿਸ਼ਨ ਮਰਾਰ ਹੰਸ ਕਰ ਘਾਟ ਸ੍ਰੀ ਗੁਰੂ ਕੁਬ ਰਸੈਨ ਕੋ ਰਾਜ ਦਾ ਭਗਤ ਹੈ ਜਨਜੀ। ਕਲਯੁਗ ਫਰਮਾਣ ਗੁਰੂ ਨਾਨਕ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਦਲ ਅਟਲ ਆਦ ਫਰਮਾਇਓ। ਕਲਯੁਗ ਵਿੱਚ ਵਡਿਆਈ ਨਹੀਂ ਨਾਨਕ ਪਾਤਸ਼ਾਹ ਜੀ ਨੂੰ ਮਿਲੀ। ਭਾਵੇਂ ਕਲਯੁਗ ਦੇ ਵਿੱਚ ਬਹੁਤ ਸਾਰਾ ਵਰਤਾਰਾ ਝੂਠਦਾ ਵੀ ਕਰਦੇ ਹਨ, ਸਤਿਗੁਰੂ ਜੀ ਨੇ ਸਾਰਾ ਪ੍ਰਮਾਣੀ ਦੇ ਵਿੱਚ ਇਹਦਾ ਪ੍ਰਮਾਣ ਦਿੱਤਾ ਹੈ। ਸੱਚ ਬਾਬਾ ਪੂਰ ਚੰਦਰਮਾ ਵਿਸੇ ਜਾਂਦੀ ਕਹਿ ਗਏ ਅਤੇ ਵਿਸੇ ਜਿਸ ਤਰ੍ਹਾਂ ਚੰਦਰਮਾ ਵਸਿਆ ਦੀ ਰਾਤ ਨੂੰ ਵਿਸੇ ਨੇ ਇਸ ਤਰ੍ਹਾਂ ਸੱਚ ਸੁਣ ਲਿਆ ਸੀ। ਤਾਂ ਸਤਿਗੁਰੂ ਜੀ ਨੇ ਜੈਸੀ ਮੈਂ ਆਵੈ ਸਤਿਗੁਰੀ ਬਾਣੀ ਐਸਾ ਕਰੀ ਗਿਆਨ ਵੇ ਲਾ ਲਓ, ਪਾਪ ਕੀ ਪੰਜ ਦਾ ਚਾਰ ਨੂੰ ਧਾਇਆ ਜੋਰੀ ਪੰਗੇ ਗਿਆਨ ਵੇ ਲਾ ਲਓ। ਇਹ ਸਾਰਾ ਪਰਸਾਰਾ ਜੋ ਝੂਠ ਦਾ ਪਰਵਾਰਾ ਸੀ ਉਸ ਵੇਲੇ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਉਸ ਵੇਲੇ ਤਕਰੀਬਨ ਸਾਰਾ ਝੂਠ ਦਾ ਪਸਾਰਾ ਪਸਰਿਆ ਹੋਇਆ ਸੀ। ਬੜੇ ਬੜੇ ਲੋਕ ਧਾਰਨਾ ਪੱਖ ਦੇ ਲੋਕ ਵੀ ਆਪਣੇ ਮਾਰਗ ਨੂੰ ਉਜੜ ਦੂਸਰੇ ਪਾਸੇ ਹੋਵੇ, ਅੱਜ ਵੀ ਉਹੀ ਹਾਲ ਹੈ। ਜਿਹੜੇ ਧਾਰਨਾ ਪੱਖ ਦੇ ਲੋਕ ਦੁਨੀਆਂ ਨੂੰ ਸੇਧ ਦੇਣ ਵਾਲੇ ਸੀ ਉਹਨਾਂ ਨੇ ਦੂਸਰਾ ਪੱਖ ਫੜ ਲਿਆ ਜੋ ਸੰਸਾਰੀ ਲੋਕਾਂ ਦਾ ਸੀ, ਔਰ ਸੰਸਾਰੀ ਲੋਕਾਂ ਦੇ ਵਿੱਚ ਵੀ ਉਹ ਕਰਨ ਨਹੀਂ ਸਨ ਜਿਹੜੇ ਉਸ ਵੇਲੇ ਲੋਕ ਕਰਦੇ ਸਨ। ਸੱਜਣ ਸਾਡਾ ਇਤਿਹਾਸ ਪੜ੍ਹ ਲਓ, ਉਸ ਵੇਲੇ ਸੰਤਾਂ ਵਾਲਾ ਮਾਣਾ ਪਾ ਕੇ ਚਿੱਟੇ ਵਸਤਰ ਪਹਿਨੇ ਹੋਏ ਸੀ ਔਰ ਮਾੜਾ ਹੱਥ ਫੜ ਕੇ ਵੱਡਾ ਸਾਰਾ ਆਪਣਾ ਸਥਾਨ ਬਣਾਇਆ ਹੋਇਆ ਸੀ ਉਸਨੇ, ਔਰ ਲੰਗਰ ਲਾਇਆ ਹੋਇਆ ਸੀ ਔਰ ਲੰਗਰ ਚੱਲਦਾ ਸੀ ਸਾਧ ਸੰਗਤ ਜੀ। ਜਿਹੜਾ ਬੰਦਾ ਆਉਂਦਾ ਸੀ ਉਹਨੂੰ ਅੰਦਰ ਮਾਰ ਕੇ ਕੋਈ ਵਿਛੜ ਨਹੀਂ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਨੂੰ ਜਾ ਕੇ ਸਮਝਾਇਆ, ਭਾਈ ਸੱਜਣਾ ਵਾਲੇ ਕੰਮ ਕਰ, ਸੱਜਣ ਸਹੀ ਕਿ ਚਲਦਿਆਂ ਨਾਲ ਚਲਾਉਣ, ਜਿੱਥੇ ਦੇਖਾਂ ਮੰਗੀਏ ਜਿੱਥੇ ਖੜੇ ਦਿਸਾਂ। ਬਾਬਾ ਬਾਬੇ ਕੱਪੜੇ ਜਿਹੜੇ ਚਿੱਟੇ ਕੱਪੜੇ ਪਾ ਲੈਣੇ ਕੋਈ ਵੱਡੀ ਗੱਲ ਨਹੀਂ, ਤੀਰਥ ਮੰਗ ਸਨ ਫੁੱਟ ਫੁੱਟ ਗਈਆਂ ਕਾਮਣੇ ਬਾਬੇ ਨਾ ਕਹੀਆਂ। ਜਦੋਂ ਜੀਵਾਂ ਨੂੰ ਮਾਰ ਮਾਰ ਕੇ ਉਹਨਾਂ ਦੀ ਕਮਾਈ ਖਾਣੀ ਉਹਨਾਂ ਦਾ ਲੁੱਟ ਪੁੱਟ ਕੇ ਇਹ ਕਲਯੁਗ ਦਾ ਵਰਤਾਰਾ ਸੀ। ਉਸ ਵੇਲੇ ਬਹੁਤ ਐਸੇ ਲੋਕ ਸਨ ਜਿਹਨਾਂ ਕੋਲ ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਉਹਨਾਂ ਦੇ ਪਰਦਾ ਪਾਸ਼ ਕੀਤਾ, ਤੁਹਾਡੇ ਰਾਜ ਵਰਗੇ ਬੰਦਿਆਂ ਨੂੰ ਤਲ ਤਲ ਕੇ ਖਾ ਜਾਂਦੇ ਸੀ ਔਰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਅੰਤਰ ਜਾਣਤਾ ਜੋ ਪਰਮੇਸ਼ਰ ਰੂਪ ਸਨ ਉਸ ਵੇਲੇ ਸੰਸਾਰ ਦੇ ਲੋਕਾਂ ਨੂੰ ਸੇਧ ਦੇਣ ਦੇ ਰਸਤੇ ਆਏ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਬਾਅਦ 10 ਪਾਤਸ਼ਾਹੀਆਂ ਸੰਸਾਰ ਵਿੱਚ ਪ੍ਰਤੱਖ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਸਾਰ ਵਿੱਚ ਆਏ। ਜੋ ਉਸ ਵੇਲੇ ਦੁਨੀਆਂ ਦੇ ਵਿੱਚ ਮੁਗਲ ਸਾਮਰਾਜ ਸੀ ਔਰ ਉਹਨਾਂ ਦਾ ਜੋ ਵਰਤਾਰਾ ਸੀ ਉਸ ਨੂੰ ਰੋਕਣ ਵਾਸਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਕ ਮੌਕਾ ਕੇਸਗੜ੍ਹ ਸਾਹਿਬ ਨੂੰ ਧਰਤੀ 'ਤੇ ਦਿੱਤਾ ਸੀ ਕਿ ਜੇ ਤੁਹਾਨੂੰ ਅਸੀਂ ਬਦਾਮੀ ਤੋਂ ਗੁਜ਼ਾਰ ਕਰਾ ਸਕਦੇ ਹਾਂ, ਇੱਕ ਇੱਕ ਲੜਕਾ ਸਾਨੂੰ ਸਾਰੇ ਚੜ੍ਹਾਓ। ਉਸ ਵੇਲੇ ਇੱਕ ਲੜਕਾ ਚਾੜਿਆ ਸੀ, ਭਾਈ ਦਇਆ ਸਿੰਘ ਵੀ ਉੱਥੇ ਚਾੜੇ ਗਏ ਸੀ ਔਰ ਉਹਨਾਂ ਦਾ ਪਰਿਵਾਰ ਜਿਹੜਾ ਸੀ ਬਾਅਦ ਵਿੱਚ ਬੜੀ ਉਹਨਾਂ ਦੀ ਦੁਰਦਸ਼ਾ ਹੋਈ ਔਰ ਸੂਬੇ ਦੇ ਕੋਲ ਉਹਨਾਂ ਦਾ ਪਰਿਵਾਰ ਵੱਸਦਾ ਸੀ ਬਾਅਦ ਵਿੱਚ ਆ ਕੇ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਸ ਵੇਲੇ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਸਤੇ ਜਿਹੜਾ ਬੜਾ ਮੰਦਾ ਹਾਲ ਸੀ ਅਤੇ ਜਦੋਂ ਕਿਸੇ ਮੁਸਲਮਾਨ ਨੇ ਪਾਨ ਦੀ ਪੀਕ ਚੁੱਕਣੀ ਹੋਵੇ ਤਾਂ ਹਿੰਦੂ ਨੂੰ ਮੂੰਹ ਵੱਟ ਕੇ ਉਹਦੇ ਮੂੰਹ ਵਿੱਚ ਚੁੱਕਦੇ ਸੀ ਔਰ ਉਹ ਬਾਹਰ ਜਾ ਕੇ ਚੁੱਕਦਾ। ਔਰ ਇੱਕ ਇੱਛਾ ਸੀ ਕਿ ਹਿੰਦੂ ਘੋੜੇ 'ਤੇ ਚੜ੍ਹ ਕੇ ਨਹੀਂ ਸੀ ਜਾ ਸਕਦਾ, ਕੋਈ ਚਿੱਟੇ ਕੱਪੜੇ ਨਹੀਂ ਸੀ ਪਾ ਸਕਦਾ,
और ऐसी दृशा समय के गुरु नानक पातशाह जी आए, उन्होंने गुरु गोबिंद सिंह साहब महाराज ने मुगल साम्राज्य का जो गुरु गोबिंद सिंह साहब जी तो बाद मुगल साम्राज्य का जीवन खत्म हो गया। औरंगजेब तो बाद बहादुर शाह ने जोड़ा गद्दी से गुरु गोबिंद सिंह साहब जी की कृपा नाल बरतिया, उस तो समय मुकाबल अंग्रेजों का राज आ गया, उसको खत्म कर दिया। रात भर के बनता यह है साधारण महापुरुषों का आना, अवतारा का आना, संसार में यही महत्ता रखता है। जोड़े लोग रब न भुल चुकते भुल भुल जाते हैं, या रब दिया दसिया हुई मर्यादा तो परे हो जाते हैं, या नरक के मार्ग में तैयार करते हैं, सच के मार्ग में फट जाते हैं, उस वे महापुरुष संसार रब वालों भेजे जाते हैं। साधाए आप रब साधन अमृतसर निरंकार आप संसार में जो जो धर्म की हानि होती है, अवतार की पैगंबर महापुरुष और समय समय मुताबक संसार में आते हैं। गुरु गोबिंद सिंह साहब जी के बाद फिर बड़े बड़े महापुरुष उन्होंने दुनिया के नाम है अज साहब भाई दया सिंह जी, भाई धर्म सिंह जी, ये दो संप्रदाय चलियां गुरु गोबिंद सिंह साहब जी के बाद। वैसे तो उन्होंने होर भी संप्रदाय बहुत चलियां ने, एक भाई दया सिंह जी की संपदा खास अमृतसर रही, और भाई दया सिंह जी की संपदा की महानता यह है जदों कभी सिख राज दुनिया के नाम होया, अज भी बड़े बड़े इतिहास सिख राज महाराजा रणजीत सिंह राज बाबा साहब सिंह बेदी गुरु नानक साहब जी की वंश के कलाधारी जी के पोतरे, उन्होंने महाराजा रणजीत सिंह जी को अपने कातरे की तलवार अपने गल को ला के पहनाई, और साथ ही उस सिख राज की जी दुनिया के अच अनुसार है, भावें सारी दुनिया के राज करने वाले अमरीका वर्गे मुल्क ये दुनिया उन्होंने सिक्का मनती है, पर वो सारा जन्म कर रहे हैं अफगानिस्तान में तो पते नहीं है, और अफगानिस्तान रूस वर्गे इंग्लैंड करके अपना जोर ला के बैठ रहे बड़े बड़े मुल्क और बड़िया बड़िया पावर रखने वाले, और उस अफगानिस्तान में फतेह करने वाले गुरु गोबिंद सिंह साहब महाराज से महाराजा रणजीत सिंह के महान बंदर हरि सिंह नलवे वर्गे ने अफगानिस्तान फतेह किया, और उस जरनैल का नाम अज भी अमरीका वाले लोग मानते हैं कि ऐसे जरनैल का सानू मुत बना के तांबे का जीव जिहड़ा असीं अपने वाइट हाउस के सामने लाइए, और बड़े बड़े जप करने वाले कमाई वाले कुछ और उन्होंने जप तपसी और जति सती कोशिश सन उन्होंने कमाई साथ संगे सिक्का गुरु गोबिंद सिंह साहब ने महाराजा सिक्का जो बनाया सिख राज का नाम चलिया कि भाई दया सिंह जी की संपदा दे, और जब सिख राज समाप्त होया भाई दया सिंह जी की संपदा के एक महान पुरुष का जो पुरुष का कदर किया गया, और उसके बाद सिख राज समाप्त हो गया, और साथ संग की बात है कि सिख राज नहीं वो बाबा वीर सिंह की नरका राज वाले की शहादत हुई जिन शाह महमद ने अपने रचना के उत्ते लिखिया वीर सिंह को मारिया डा प्रथम नहीं छड़िया साथ के सच नहीं, वो संपदा के महान पुरुष बड़े बड़े पुरुष हुए ने उन्होंने ये संपदा के महान पुरुष बाबा करम सिंह जी महाराज मोती मैदान वाले हुए, मोती मैदान की संपदा के दुआबे की धरती से वैसे मालवा माझा जाते हैं हिंदुस्तान के बीच उस संपदा का अज भी नाम है, वो सब तो पहला स्थान दुआबे की धरती से संत बाबा हरनाम सिंह जी महाराज रहने वाले उन्होंने स्थान बनया, उस तो बाद दूसरा स्थान संत बाबा ज्वाला सिंह जी महाराज हरकोवाल वाले जिन्हों का नाम अज तुम नहीं विश्व के वे साधु समाज ने साधु संप्रदावान ने चाहे किसी भी धर्म संबंधित साधु ने सारिया ने इन महापुरुषों को ब्रह्म अवस्था वाले साधु मनिया, और ब्रह्म अवस्था वाले भी ऐसे जिसन गुरबाणी कहती है ब्रह्म ज्ञानी आप निरंकार, ब्रह्म ज्ञानी आप परमेश्वर, आप रब धरती से आ जाए ऐसा साधु की बड़ी खुशकिस्मती है। लोग बड़े हजू साहब में जाते हैं सत्कार योग स्थान ने हजूर साहब है हरिमंदर साहब है ये
ਕੇਸਗੜ੍ਹ ਸਾਹਿਬ ਦੀ ਧਰਤੀ ਹੈ, ਸਾਰੀ ਸਿੱਖਾਂ ਦਾ ਸਥਾਨ ਹੈ। ਔਰ ਇਹ ਸਥਾਨ ਜਿੱਥੇ ਨਿਰੰਕਾਰ ਆਪ ਪਰਮੇਸ਼ਰ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉਹਨਾਂ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ, ਇਸ ਸਥਾਨ 'ਤੇ ਬੈਠ ਕੇ ਪਰਮੇਸ਼ਰ ਦੇ ਨਾਲ ਜੁੜੇ ਔਰ ਜਿਹੜੇ ਜਿਹੜੇ ਪੁਰਖ ਉਹਨਾਂ ਨਾਲ ਜੁੜੇ, ਖਾਸ ਤੌਰ 'ਤੇ ਇਸ ਨਗਰ 'ਤੇ ਉਹਨਾਂ ਦੀ ਵੱਡੀ ਰਹਿਣ ਸੀ। ਜਦ ਵੀ ਕਦੀ ਸੇਵਾ ਨੂੰ ਸੁਨੇਹਾ ਦੇਣਾ ਪੈਣਾ ਬਣਾਉਣਾ ਸੁਨੇਹਾ ਦੇ ਔਰ ਚੰਗੇ ਚੰਗੇ ਸੇਵਾਦਾਰ ਸਰਦਾਰ ਮੇਹਰ ਸਿੰਘ, ਖੇਰ ਸਿੰਘ ਔਰ ਹਰਮਨ ਸਿੰਘ ਵਰਗੇ ਚੰਗੇ ਚੰਗੇ ਸੇਵਾਦਾਰ ਇਸ ਨਗਰ ਦੇ ਹੋਏ ਨੇ, ਜਿਹੜੇ ਬਾਬਾ ਜੀ ਦੇ ਬਹੁਤ ਨੇੜੇ ਦੇ ਸੇਵਾਦਾਰ ਹੋਏ ਨੇ। ਅੱਜ ਵੀ ਉਹਨਾਂ ਦੇ ਪਰਿਵਾਰ ਵੱਲੋਂ ਤਿੰਨ ਤਿੰਨ ਪੁਸਤਕਾਂ ਗੁਜ਼ਰ ਪਈਆਂ ਨੇ। ਅੱਜ ਵੀ ਉਸੇ ਤਰ੍ਹਾਂ ਪ੍ਰੇਮ ਹੈ ਜਿੱਦਾਂ ਉਹਨਾਂ ਦੇ ਬਜ਼ੁਰਗਾਂ ਦਾ ਪਿਆਰ ਸੀ ਉਹਨਾਂ ਦੇ ਚਰਨਾਂ ਨਾਲ, ਅੱਜ ਵੀ ਇਸ ਨਗਰ ਦਾ ਪਿਆਰ ਉਹਨਾਂ ਦੇ ਚਰਨਾਂ ਨਾਲ ਜੁੜਿਆ ਹੋਇਆ। ਮਹਾਨ ਗੁਰਪੁਰਖ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪਵਿੱਤਰ ਸਰੀਰ ਦਾ ਸੰਸਕਾਰ ਕਰਕੇ ਉਹਦੇ ਉੱਤੇ ਨਿਸ਼ਾਨ ਸਾਹਿਬ ਕਰਕਵਾਲ ਦੀ ਧਰਤੀ 'ਤੇ ਝੂਲ ਰਿਹਾ ਹੈ, ਉਹ ਮਹਾਂਪੁਰਸ਼ ਵੀ ਯੁੱਗ ਪੁਰਸ਼ ਇਸ ਮਹਾਨਾਂ ਦੀ ਧਰਤੀ 'ਤੇ ਬਹੁਤ ਉਹਨਾਂ ਨੇ ਚਰਨ ਪਾਏ ਔਰ ਬਹੁਤ ਲੋਕਾਂ ਨੂੰ ਇੱਥੇ ਕਾਰਨਾ ਕੀਤਾ ਔਰ ਸਾਧ ਸੰਗਤ ਜੀ ਦੁਨੀਆਂ ਦੇ ਪੰਜਾਬ ਦੇ ਵਿੱਚੋਂ ਸਭ ਤੋਂ ਇੱਕ ਸ੍ਰੇਸ਼ਟ ਧਰਤੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਰਸਨਾਂ ਦਾ ਵਚਨ ਹੈ ਕਿ ਅਖੰਡ ਕਰਕੇ ਦੋ ਪਾਤਸ਼ਾਹੀਆਂ ਦੇ ਚਰਨ ਪਏ ਨੇ, ਕਿਤੇ ਚਾਰਾਂ ਦੇ ਪਏ ਨੇ। ਖਡੂਰ ਸਾਹਿਬ ਅੱਠਾਂ ਪਾਤਸ਼ਾਹੀਆਂ ਦੇ ਚਰਨ ਪਏ ਨੇ। ਉਹਨਾਂ ਦਾ ਵਚਨ ਸੀ ਬ੍ਰਹਮ ਗਿਆਨ ਦੇ ਸਾਧੂਆਂ ਦਾ ਕਿ ਇਹ ਸਰਕੋਵਾਲ ਦੀ ਧਰਤੀ 'ਤੇ ਦਸ ਪਾਤਸ਼ਾਹੀਆਂ ਦੇ ਚਰਨ ਪਏ ਨੇ। ਭਾਵੇਂ ਦਸਵੇਂ ਪਾਤਸ਼ਾਹ ਜੀ ਇਸ ਧਰਤੀ 'ਤੇ ਦੁਆਬੇ ਦੀ ਧਰਤੀ 'ਤੇ ਨਹੀਂ ਆਏ, ਪਰ ਉਹਨਾਂ ਦਾ ਇੱਕ ਵੀ ਇੱਕ ਸਥਾਨ ਦੁਆਬੇ ਦੀ ਧਰਤੀ 'ਤੇ ਹੈ ਜਿੱਥੇ ਅੱਜ ਵੀ ਹੁਸ਼ਿਆਰਪੁਰ ਦੀ ਧਰਤੀ 'ਤੇ ਜੋਗਾ ਸਿੰਘ ਸਾਹਿਬ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੇਵਲ ਜੋਗਾ ਸਿੰਘ ਨੂੰ ਹੋਏ, ਹੋਰ ਕਿਸੇ ਨੂੰ ਹੋਏ ਨਹੀਂ। ਪਰ ਇਹ ਅਸੀਂ ਬ੍ਰਹਮ ਗਿਆਨੀ ਸਾਧੂਆਂ ਦਾ ਸੱਚਾ ਵਚਨ ਹੋਣ ਕਰਕੇ ਇਸ ਧਰਮ ਨੂੰ ਅਸੀਂ ਮੰਨਦੇ ਹਾਂ ਕਿ ਜੋ ਉਹਨਾਂ ਨੇ ਵਚਨ ਕਰ ਦਿੱਤਾ ਉਹ ਸੱਚ ਹੈ, ਕਿਉਂਕਿ ਬ੍ਰਹਮ ਗਿਆਨੀ ਸੱਚ ਦਾ ਹੀ ਨਾਲ ਜੁੜਿਆ ਹੋਇਆ। ਸੱਚਾ ਸਾਹਿਬ ਜੀ ਜਿਨ ਸੱਚੋ ਸੱਚ ਵਰਤਾਇਆ, ਜਿਸ ਪਾਉਂਦੇ ਮੇਰੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਪੁਰ ਮਿਲੀਏ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਰਤਾਇਆ, ਮੂਰਖ ਸੱਚ ਨਾ ਜਾਣਨੀ ਪਰ ਮੱਖੀ ਜਨਮ ਕਮਾਇਆ, ਵਿੱਚ ਦੁਨੀਆਂ ਕਾਹੇ ਪਾਇਆ। ਜਿਹੜੇ ਸੱਚੇ ਪਰਮੇਸ਼ਰ ਨਾਲ ਜੁੜੇ ਹੋਏ ਪੁਰਖ ਹੁੰਦੇ ਨੇ ਉਹਨਾਂ ਦੀਆਂ ਯਾਦਾਂ ਸੰਸਾਰ ਵਿੱਚ ਸਦਾ ਵਾਸਤੇ ਕਾਇਮ ਰਹਿ ਜਾਂਦੀਆਂ। ਜਿਹਨੂੰ ਯਾਦ ਦੁਨੀਆਂ ਸਾਰੀ ਸਾਲ ਬਾਅਦ ਮੰਨਦੀ ਹੈ, ਇੱਥੇ ਅੱਜ ਮਨਾਈ ਹੈ, ਹੋਰ ਜਗ੍ਹਾ 'ਤੇ ਹੋਰ ਕਿਸੇ ਦਿਨ ਮਨਾਈ ਜਾਣੀ, ਉਹ ਸਾਧੂ ਸੰਸਾਰ ਵਿੱਚੋਂ ਨਹੀਂ ਜਾਂਦੇ। ਉਹਨਾਂ ਦੇ ਜਿਹੜੇ ਜੀਵਨ ਦੇ ਵਿੱਚ ਆਉਂਦੇ ਨੇ, ਉਹਨਾਂ ਨੇ ਜੋ ਸੰਸਾਰ ਦੁਨੀਆਂ ਵਿੱਚ ਕਰਕੇ ਦੱਸ ਰਹੇ ਨੇ, ਜੇ ਸੰਸਾਰ ਦੇ ਲੋਕ ਉਹਨਾਂ ਦੀ ਮਦਦ ਲੱਗ ਜਾਣ ਤਾਂ ਜਿੱਦਾਂ ਕੋਈ ਅੰਨਾ ਬੰਦਾ ਸਜਾਖੇ ਬੰਦੇ ਦਾ ਪੰਗਾ ਫੜ ਕੇ ਉੱਥੇ ਹੀ ਪਹੁੰਚ ਜਾਂਦਾ ਜਿੱਥੇ ਸਜਾਖਾ ਪਹੁੰਚ ਜਾਂਦਾ। ਅੰਨੇ ਨੂੰ ਭਾਵੇਂ ਕੋਈ ਰਸਤਾ ਨਹੀਂ ਦਿਸਦਾ, ਚੰਗਾ ਮਾੜਾ ਅੰਨੇ ਨੂੰ ਪਤਾ ਨਹੀਂ ਲੱਗਦਾ ਮੈਂ ਕਿੱਥੇ ਪੈ ਰਿਹਾ ਹਾਂ ਔਰ ਕਿਹੜੀ ਚੀਜ਼ ਚੱਕਣੀ ਹੈ ਕਿਹੜੀ ਨਹੀਂ ਚੱਕਣੀ ਹੈ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦਾ ਪੰਗਾ ਫੜ ਕੇ ਜਿਹੜੇ ਇਸ ਇਲਾਕੇ ਨਹੀਂ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਗਏ, ਜਿਹੜਾ ਵੀ ਪੁਰਖ ਉਹਨਾਂ ਦੇ ਨਕਸ਼ੇ ਕਰਨ 'ਤੇ ਤੁਰਿਆ ਉਸ ਪੁਰਖ ਨੂੰ ਸੱਚਖੰਡ ਅੱਜ ਵੀ ਦੁਨੀਆਂ ਉਹਨਾਂ ਦੀਆਂ ਯਾਦਾਂ ਸੁਣਾਉਂਦੀ। ਬੜੇ ਬੜੇ ਮਹਾਂਪੁਰਸ਼ ਉਹਨਾਂ ਦੇ ਚਰਨਾਂ ਵਿੱਚੋਂ ਭਰੋਸਾ ਆਏ, ਜਿਹਨੂੰ ਗੁਰਬਾਣੀ ਦੱਸਦੀ ਹੈ ਪੂਰਾ ਆਰਾਧਿਆ ਪੂਰਾ ਚੌਂਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਦੀਨ ਗੁਣ ਗਾਉਣਾ। ਪੂਰੇ ਮਹਾਂਪੁਰਸ਼ ਦੀ ਨਿਸ਼ਾਨੀ ਹੈ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀਆਂ ਨਿਸ਼ਾਨੀਆਂ ਦੱਸੀਆਂ ਨੇ। ਪੂਰਾ ਪੂਰਾ ਇੱਕ ਸੰਤ ਜਗਤ ਸਿੰਘ ਜੀ ਹੋਏ ਨੇ, ਟਾਟਾ ਦੇ ਟਾਟਾ ਨਗਰ ਵਿੱਚ ਗਏ ਸੀ, ਬਾਬਾ ਜਵਾਲਾ ਸਿੰਘ ਦੀ ਸੰਗਤ ਇਕੱਠੀ ਹੋ ਗਈ ਔਰ ਉੱਠਣ ਲੱਗੇ ਭਾਈ ਇੱਥੇ ਕੋਈ ਸਾਧਕ ਨੇ ਸੰਤ ਨੇ ਅਸੀਂ ਉਹਨਾਂ ਨੂੰ ਮਿਲਣ। ਉਹ ਕਹਿੰਦੇ ਮਹਾਰਾਜ ਸੰਤ ਦਾ ਇੱਥੇ ਕੋਈ ਨਹੀਂ ਹੈ, ਇੱਕ ਪਾਠੀ ਸਿੰਘ ਹੈ ਮਿਸਟਰਪੁਰ ਕਲੋਨੀ ਦੇ ਵਿੱਚ, ਉਹਦਾ ਨਾਂ ਹੈ ਜਗਤ ਸਿੰਘ, ਕਹਿੰਦੇ ਉਹਨੂੰ ਮਿਲਣਾ, ਉਹਨੂੰ ਸੱਦ ਕੇ ਲਿਆਂਦਾ। ਜਦੋਂ ਜਗਤ ਸਿੰਘ ਨੂੰ ਕਿਹਾ ਮੈਂ ਤੈਨੂੰ ਬਾਬਾ ਜਵਾਲਾ ਸਿੰਘ ਜੀ ਪੰਜਾਬ ਤੋਂ ਆਏ ਉਹ ਤੈਨੂੰ ਮਿਲਣਾ ਚਾਹੁੰਦੇ, ਉਹ ਜਗਤ ਸਿੰਘ ਕਹਿਣ ਲੱਗਿਆ ਮੈਂ ਤਾਂ ਉਹਨਾਂ ਨੂੰ ਜਾਣਦਾ ਨਹੀਂ। ਉਹ ਕਹਿਣ ਲੱਗੇ ਕਿ ਆਪਾਂ ਜਾਣਦਾ ਨਹੀਂ ਪਰ ਤੈਨੂੰ ਉਹ ਜਾਣਦੇ। ਔਰ ਜਗਤ ਸਿੰਘ ਜਦੋਂ ਉਹਨਾਂ ਦੇ ਚਰਨਾਂ ਵਿੱਚ ਆਇਆ ਅਤੇ ਆ ਕੇ ਨਮਸਕਾਰ ਕੀਤੀ, ਕਹਿਣ ਲੱਗੇ ਜਗਤ ਸਿੰਘ ਤੇਰਾ ਗੁਰੂ ਨਾਨਕ ਨਾਲ ਪਿਆਰ ਖੜਾ ਹੈ, ਤੇਰਾ ਗੁਰੂ ਨਾਨਕ ਨਾਲ ਬਰਾੜ ਤੇਰਾ ਖੜਾ ਹੈ ਔਰ ਤੇਰਾ ਗੁਰੂ ਅਧੂਰਾ ਹੈ। ਉਹ ਕਿਸੇ ਹੋਰ ਮਹਾਂਪੁਰਸ਼ ਦਾ ਸੇਵਕ ਸੀ, ਉਹਨਾਂ ਮਹਾਂਪੁਰਸ਼ਾਂ ਦਾ ਸੇਵਕ ਸੀ ਜਿਹਨਾਂ ਦਾ ਅੱਜ ਵੀ ਬਹੁਤ ਵੱਡਾ ਡੇਰ ਹੈ, ਅੱਜ ਉਹਨਾਂ ਦਾ ਨਾਮ ਹੈ ਉਹਦਾ। ਪਰ ਬਾਬਾ ਜਵਾਲਾ ਸਿੰਘ ਜੀ ਮੈਂ ਨਾਮ ਤਾਂ ਨਹੀਂ ਲੈਂਦਾ, ਕਈ ਉਹਨਾਂ ਦੇ ਸਰਦਾਰ ਹੁੰਦੇ ਹੈ,
ਗੱਲ ਰੂਪ ਸਰੀਰ ਦੀ ਨਾਲ ਸੁਣ ਸਰੀਰ ਦੇ ਦਰਗਾਹ ਵਿੱਚ ਸੱਚਖੰਡ ਵਿੱਚ ਉਹਦੇ ਨਾਲ ਜੋ ਵਰਤਾਰਾ ਵਰਤਣਾ ਅਜੂਬਾ ਗੁਰੂ ਨੂੰ ਆਤਾ ਅਤੇ ਫਿਰ ਉਹ ਕਹਿਣ ਲੱਗੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਜਦੋਂ ਜਾਣਾ ਜਗਤ ਸਿੰਘ ਨੇ ਉੱਥੇ ਮਹਾਂਪੁਰਸ਼ਾਂ ਦੇ ਜਦੋਂ ਜਗਤ ਸਿੰਘ ਦੇ ਇਕੱਠ ਹੋਣਾ ਔਰ ਫਿਰ ਜਦੋਂ ਸਮਾਂ ਜਗਤ ਸਿੰਘ ਜੀ ਦਾ ਹੱਥ ਸਮਾਂ ਆਇਆ ਅਤੇ ਬਾਬਾ ਜਵਾਲਾ ਸਿੰਘ ਜੀ ਟਾਟਾ ਨਗਰ ਪਿੰਡ ਦੁਆਰਾ ਲਿਆ ਕਹਿਣ ਲੱਗੇ ਜਗਤ ਸਿੰਘ ਉਹ ਪੰਜਾਬ ਚਲਿਆ ਜਾ ਤੇਰੀ ਧਰਤੀ ਪੰਜਾਬ ਹੈ ਉੱਥੇ ਸਰੀਰ ਸਾਡਾ ਔਰ ਮੋਰਿੰਡੇ ਦੇ ਕੋਲ ਬਾਬਾ ਵਾਲੇ ਦੇ ਕੋਲ ਅੱਜ ਵੀ ਉਹਨਾਂ ਮਹਾਂਪੁਰਸ਼ਾਂ ਦੇ ਜਗਤ ਸਿੰਘ ਜੀ ਦੀ ਬਰਸੀ ਦੁਨੀਆ ਮਨਾਉਂਦੀ ਇਹ ਪੂਰਨ ਗੁਰੂ ਦੀ ਨਿਸ਼ਾਨੀ ਹੈ ਸੋਲਾਂ ਕਲਾਂ ਪੂਰਨ ਹੁੰਦੀਆਂ ਨੇ ਸੰਪੂਰਨ ਮਹਾਂਪੁਰਸ਼ਾਂ ਦੇ ਵਿੱਚ ਠੀਕ ਹੈ ਕਿ ਮੇਰਾ ਮਾਰਨ ਮਗਰ ਦੁਨੀਆ ਲਾਰਨ ਲੱਖਾਂ ਦੁਨੀਆ ਗਿਆਨ ਸੁਣ ਆ ਜਾਣ ਇਹ ਸੰਪੂਰਨ ਗੁਰੂ ਦੀ ਨਿਸ਼ਾਨੀ ਨਹੀਂ ਹੈ ਸੰਪੂਰਨ ਗੁਰੂ ਦੀ ਨਿਸ਼ਾਨੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ ਸੁੱਖ ਸੁਨੇਹਾ ਪੈ ਨਹੀਂ ਜਾ ਕੇ ਕੰਕਣ ਮਾਟਣ ਮਾਨਿਆ ਜੋ ਜਿਹੜਾ ਕੋਈ ਵੀ ਮਨੁੱਖ ਹੈ ਦੁੱਖ ਵਿੱਚ ਦੁੱਖ ਦੀ ਪਰਵਾਹ ਨਹੀਂ ਕਰਦਾ ਸੁੱਖਾਂ ਨਾਲ ਪਿਆਰ ਨਹੀਂ ਕਰਦਾ ਇਹ ਦੁਨੀਆਂ ਕਲਾ ਨੇ ਬਹੁਤ ਬੰਦਿਆਂ ਵਿੱਚ ਹੁੰਦੀਆਂ ਕਈ ਬੰਦੇ ਐਸੇ ਨੇ ਸੁੱਖ ਵਿੱਚ ਵੀ ਰਹਿ ਕੇ ਵੀ ਬਾਣੀ ਪਰਵਾਹ ਨਹੀਂ ਕਰਦੇ ਸੁੱਖ ਨਾਲ ਬਹੁਤਾ ਪਿਆਰ ਨਹੀਂ ਕਰਦੇ ਦੁੱਖ ਵਿੱਚ ਬਹੁਤੇ ਦੁਖੀ ਵੀ ਨਹੀਂ ਹੁੰਦੇ ਕਿ ਬਾਣੀ ਕਰਨਾ ਕੰਕਰ ਮਾਟੀ ਮਾਨੇ ਬਹੁਤ ਸਾਰੇ ਲੋਕ ਉੱਚੇ ਪੇਸ਼ਾਂ ਦੇ ਧਨ ਨੂੰ ਵਿਆਹ ਸਮਝਦੇ ਉਹਨੂੰ ਮਿੱਟੀ ਸਮਾਨ ਸਮਝਦੇ ਮੈਂ ਨਿੰਦਿਆ ਜਾਂ ਰਿਸ਼ਵਤ ਜਾ ਕੇ ਬੜੇ ਲੋਕ ਨਿੰਦਿਆ ਉਸਮਤ ਤੋਂ ਉੱਤੇ ਉੱਠਦੇ ਨਾ ਕਿਸੇ ਦੀ ਨਿੰਦਿਆ ਕਰਦੇ ਜੇ ਆਪਣੀ ਹੋ ਜਾਵੇ ਤਾਂ ਗੁੱਸਾ ਨਹੀਂ ਕਰਦੇ ਉਸਤਤ ਨਾ ਕਿਸੇ ਦੀ ਬਹੁਤੀ ਕਰਦੇ ਆ ਅਤੇ ਨਾ ਆਪਣੀ ਉਸਤਤ ਹੋਈ ਅਤੇ ਬਹੁਤੇ ਖੁਸ਼ ਹੁੰਦੇ ਆ ਮੈਂ ਨਿੰਦਿਆ ਜਾਂ ਰਿਸ਼ਵਤ ਜਾ ਕੇ ਲੋਕ ਨੂੰ ਅਧਮਾਨਾ ਬਾਹਰੋਂ ਨਿੰਦਾ ਵੀ ਬੜੀ ਪੁਰਾਣੀ ਪੜ੍ਹਨ ਵਾਲੇ ਤੁਹਾਡੇ ਦੇ ਕਹਾਉਣਗੇ ਬੈਠ ਕੇ ਜਨਮਤ ਭਾਈ ਇਹ ਗੱਲਾਂ ਕਿਸੇ ਹਰੇਕ ਪੁਰਖ ਦੇ ਵਿੱਚ ਨਹੀਂ ਹੋਈਆਂ ਕਿ ਲੋਕ ਬਹੁਤ ਹੀ ਹੰਕਾਰ ਦੀ ਅੰਸ ਇਹ ਆਮ ਦੁਨੀਆਂ ਦੇ ਵਿੱਚ ਹੈ ਇਹ ਕਿਸੇ ਖਾਸ ਬੰਦੇ ਦੀ ਕੋਈ ਜਿਹਦੇ ਵਿੱਚ ਤਿੰਨ ਗੱਲਾਂ ਨਾ ਹੋਣ ਲੋਭ ਦੀ ਅੰਸ ਨਾ ਹੋਣ ਮੋਹ ਦੀ ਅੰਸ ਨਾ ਹੋਣੀ ਹੰਕਾਰ ਦੀ ਅੰਸ ਨਾ ਹੋਣੀ ਜੋ ਪ੍ਰਾਣੀ ਮਮਤਾ ਸਜਾ ਲੋਭ ਮੋਹ ਹੰਕਾਰ ਔਰ ਨਾਨਕ ਆਪਣਾ ਤਰ੍ਹਾਂ ਔਰੋਂ ਦੇ ਦੇਗਾ ਜਿਹੜਾ ਮਹਾਂਪੁਰਸ਼ਾਂ ਦਾ ਹੈ ਭਾਈ ਅੱਜ ਦੇ ਨਾਲ ਗੁਰਦਾਸੀ ਜੀ ਦਾ ਮਤਲਬ ਹੁੰਦਾ ਹੈ ਇੱਕ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਇੱਕ ਬੀਬੀ ਆ ਗਈ ਕਹਿਣ ਲੱਗੀ ਮਹਾਰਾਜ ਮੇਰਾ ਪਤੀ ਸ਼ਰਾਬ ਬਹੁਤ ਪੀਂਦਾ ਕਹਿਣ ਲੱਗੀ ਇਸ ਗੱਲ ਨੂੰ ਸਾਡਾ ਮੰਨਦਾ ਸ਼ਰਾਬ ਕਿਉਂ ਛੱਡਦਾ ਕਹਿੰਦੀ ਮਹਾਰਾਜ ਦੱਸੋ ਜੀ ਕਹਿੰਦੇ ਤੂੰ ਝੂਠ ਬੋਲਣਾ ਛੱਡਦਾ ਸ਼ਰਾਬ ਛੱਡਦਾ ਮਹਾਂਪੁਰਸ਼ ਆਉਂਦੇ ਹੀ ਸੱਚ ਨਾਲ ਜੋੜ ਕਹਿੰਦੇ ਤੂੰ ਝੂਠ ਬੋਲਣਾ ਛੱਡਦੇ ਸ਼ਰਾਬ ਛੱਡਦਾ ਉਹ ਕਹਿੰਦੇ ਮਹਾਰਾਜ ਜੀ ਮੈਂ ਸੱਚ ਬੋਲ ਦਿੱਤਾ ਉਹਨੇ ਜਿਹੜੇ ਮੇਰੇ ਕੋਲ ਪੈਸੇ ਲਗੋਏ ਉਹ ਵੀ ਲਿਜਾ ਕੇ ਸ਼ਰਾਬ ਪੀ ਗਈ ਕਹਿਣ ਲੱਗੇ ਜੁਮਾ ਸਾਡਾ ਰਿਹਾ ਸ਼ਰਾਬ ਨਹੀਂ ਪੀਊਗਾ ਤੂੰ ਝੂਠ ਬੋਲਣਾ ਛੱਡ ਦੇ ਪਰ ਉਹ ਮੰਨੀ ਨਹੀਂ ਸਾਧ ਸੰਗਤ ਮਹਾਂਪੁਰਸ਼ਾਂ ਦਾ ਕਰਮ ਹੀ ਇਹ ਹੈ ਸੰਸਾਰ ਦੇ ਲੋਕਾਂ ਨੂੰ ਸੱਚ ਨਾਲ ਜੋੜ ਸੱਚ ਨੂੰ ਨਿੰਦਿਆ ਕਰਨੀ ਇਹ ਗੱਲਾਂ ਜਿਹੜੀਆਂ ਇਹਨਾਂ ਸਮਾਜ ਭਾਵੇਂ ਦੁਨੀਆਂ ਵਿੱਚ ਬੋਲਵਾਲਾ ਹੈ ਨਾ ਸਾਡਾ ਗੁਰਮੁਖ ਪਿਆਰ ਜਦੋਂ ਕਦੀ ਰਾਸ ਵਿਅਕਤੀ ਵਾਲੇ ਪੁਰਖਾਂ ਦਾ ਬੋਲਵਾਲਾ ਹੁੰਦਾ ਉਹ ਇਹਨਾਂ ਗੱਲਾਂ ਨੂੰ ਰੋਕਦੇ ਕੋਈ ਟਲ ਨਹੀਂ ਬਿਠਾ ਸਕਦਾ ਕੋਈ ਸੰਖ ਨਹੀਂ ਬਜਾ ਸਕਦਾ ਹਰਨਾਕ ਸਿੰਘ ਨੇ ਇਸ ਵੇਲੇ ਬੋਲਵਾਲਾ ਮੰਗਿਆ ਸੀ ਕੋਈ ਬੰਦਾ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪ ਸਕਦਾ ਜਿਹੜੇ ਬੋਲਣਾ ਹੈ ਹਰਨਾਕ ਸਿੰਘ ਮੇਰਾ ਨਾਮ ਲਵੋ ਮੈਂ ਹੀ ਰਾਜਾ ਪਰ ਜਦੋਂ ਭਾਈ ਇਹਨਾਂ ਗੱਲਾਂ ਦਾ ਬੋਲਵਾਲਾ ਹੋ ਜਾਵੇ ਅੱਜ ਤੁਸੀਂ ਸਾਰੇ ਮਾਰੋ ਮੇਰਾ ਤੁਸੀਂ ਪੱਕਰੇ ਪੱਕਰੇ ਪਿੰਡਾਂ ਨੂੰ ਆ ਕੇ ਬੈਠੇ ਹੋ ਜਦੋਂ ਕਿਸੇ ਦੀ ਮਰਜ਼ਾਦਾ ਹੰਕ ਕਰਦੀ ਉਹਦਾ ਤਕਰੀਬਨ ਸਰੀਰ ਵਿੱਚ ਨੁਕਸ ਪੈ ਜਾਂਦਾ ਕਿਸੇ ਦੇ ਮਰਜ਼ਾਦਾ ਹੰਕ ਕਰ ਦੇਣੀ ਖਾਣ ਦੀ ਮਰਜ਼ਾਦਾ ਅੱਗਾ ਪਿੱਛਾ ਕਰਦੀ ਸੌਣ ਦੀ ਮਰਜ਼ਾਦਾ ਅੱਗਾ ਪਿੱਛਾ ਕਰਦੀ ਸਰੀਰ ਵਿੱਚ ਨੁਕਸ ਪੈ ਜਾਂਦਾ ਜਦੋਂ ਕਿਸੇ ਕੌਮ ਨੂੰ ਡਾਊਨ ਕਰਨਾ ਹੋਵੇ ਉਹਦੀ ਮਰਜ਼ਾਦਾ ਹੰਕ ਕਰਦਾ ਬ੍ਰਾਹਮਣ ਲੋਕਾਂ ਦਾ ਪੂਜਾ ਕਰਨਾ ਬ੍ਰਾਹਮਣ ਲੋਕਾਂ ਦਾ ਟਲ ਖੜਕਾਉਣਾ ਬ੍ਰਾਹਮਣ ਲੋਕਾਂ ਦੇ ਜਪ ਕਰਨਾ ਜਦੋਂ ਇਹ ਖਤਮ ਕਰ ਦਿੱਤੇ ਜਾਣ ਤਾਂ ਕੌਮ ਖਤਮ ਹੋ ਜਾਂਦੀ ਪਰ ਜਦੋਂ ਸਿੱਖ ਕੌਮ ਦੀਆਂ ਇਹ ਮਰਜ਼ਾਦਾ ਅੱਜ ਕੰਮ ਕਰਨ ਲਈ ਬੜੇ ਰਾਕਸ ਵਰਤੀ ਵਾਲੇ ਲੋਕ ਹੋ ਰਹੇ ਨੇ ਉਹਨਾਂ ਦੇ ਮਹਾਂਪੁਰਸ਼ਾਂ ਦੇ ਨਾਲ ਵੀ ਉਹਨਾਂ ਦੇ ਕਈ ਵਾਰੀ ਇਹ ਗੱਲਾਂ ਹੁੰਦੀਆਂ ਰਹੀਆਂ ਮਹਾਂਪੁਰਸ਼ ਵੀ ਉਹਨਾਂ ਦੇ ਨਾਲ ਤਕਰਾਰ ਮਹਾਂਪੁਰਸ਼ਾਂ ਦੇ ਵੀ ਹੁੰਦੇ ਰਹੇ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਣੇ ਵੀ ਹੋਏ ਰਾਗ ਮਾਲਾ ਦੀ ਬਾਣੀ ਬਹੁਤ ਸਾਰੇ ਲੋਕਾਂ ਨੇ ਕਿਹਾ ਰਾਗ ਮਾਲਾ ਬਾਣੀ ਹੈ ਅੱਜ
ਵੀ ਬਹੁਤ ਸਾਰੀਆਂ ਸੰਸਥਾ ਸਿੱਖ ਧਰਮ ਦੇ ਅੰਦਰ ਰਾਮਾਵੜਾ ਨੂੰ ਬਾਣੀ ਨਹੀਂ ਮੰਨਦੀਆਂ। ਜੋ ਪਿੱਛੇ ਰਾਮਾਵੜਾ ਬਾਣੀ ਗੁਰੂ ਗ੍ਰੰਥ ਸਾਹਿਬ ਚ ਲਿਖੀ ਆ, ਰਾਗ ਇੱਕ ਸੰਗ ਪੰਚ ਪਰੰਪਰ ਸੰਗ ਅਲਾਪੇ ਆਠੋ ਮੰਦਨ, ਬਹੁਤ ਸਾਰੇ ਲੋਕ ਰਾਮਾਵੜਾ ਨੂੰ ਬਾਣੀ ਨਹੀਂ ਮੰਨਦੇ। ਬੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਬਰਨਣ ਦੀ ਕੋਸ਼ਿਸ਼ ਵੀ ਕੀਤੀ। 200 ਸਰੂਪ ਐਸਾ ਛਾਪਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਦੇ ਵਿੱਚ ਮੰਗਲ ਬਦਲੇ ਹੋਏ ਸੀ। ਉਦੋਂ ਬਾਬਾ ਜਵਾਲਾ ਸਿੰਘ ਜੀ ਦਾ ਸਰੀਰ ਸੀ ਔਰ ਵੱਡੇ ਵੱਡੇ ਸਾਧੂ ਉਸ ਵੇਲੇ ਪੱਠ ਮੱਠ ਵੀ ਹੋਇਆ ਸੀ ਔਰ ਇਹ ਉਹਦੇ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਜੋ ਮੰਗਲ ਕਰਤਾਰਪੁਰ ਸਾਹਿਬ ਵਾਲੀ ਵੀਰ ਨੇ ਜੋ ਭਾਈ ਗੁਰਦਾਸ ਜੀ ਨੇ ਲਿਖੀ ਸੀ, ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਲਿਖਾਈ ਸੀ ਉਹਦੇ ਵਿੱਚ ਜਿਸ ਤਰ੍ਹਾਂ ਮੰਗਲ ਲੱਗੇ ਹੋਏ ਨੇ ਉਸੇ ਤਰ੍ਹਾਂ ਮੰਗਲ ਗੁਰੂ ਗ੍ਰੰਥ ਸਾਹਿਬ ਵਿੱਚ ਲਾਏ ਜਾਣ। ਬੜਾ ਜਦੋਂ ਜੈਦ ਤੋਂ ਬਾਅਦ ਹੀ ਸਾਧ ਸੰਗਤੀ ਮੰਗਲਾਂ ਦਾ ਮਸਲਾ ਹੱਲ ਹੋਇਆ। ਇਹ ਤੁਸੀਂ ਮੈਂ ਤੁਹਾਡੀ ਜਾਣਕਾਰੀ ਵਾਸਤੇ ਮੈਂ ਇੱਕ ਇਹ ਵੀ ਗੱਲ ਦੱਸ ਦਿੰਦਾ ਕਿਹੜੇ ਮੰਗਲ ਬਦਲੇ ਸੀ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਰਾਗ ਸ਼ੁਰੂ ਹੁੰਦਾ ਉਹਦੇ ਮੂਹਰੇ ਰਾਗ ਦੇ ਮੂਹਰੇ ਪਹਿਲਾਂ ਮੂਲ ਮੰਤਰ ਦਾ ਜਾਪ ਰੂਪ ਲਿਖਿਆ ਜਾਂਦਾ। ਇੱਕ ਓਂਕਾਰ ਸਤਨਾਮ ਕਰਤਾ ਇਹਦੇ ਤੋਂ ਬਾਅਦ ਫਿਰ ਰਾਗ ਦਾ ਨਾਮ ਆਉਂਦਾ ਕਿ ਇੱਕ ਓਂਕਾਰ ਜਿਹੜਾ ਰਾਮ ਕਲੀ ਮੰਦਾ ਦੀਸ਼ਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਵਾਂ ਚ ਲਿਖਿਆ ਗਿਆ। ਉਹ ਉਦੋਂ ਇੱਦਾਂ ਮੰਗਲ ਬਦਲਦੇ ਸੀ ਕਿ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾ ਚਿੱਠੀ ਲਿਖੀ ਗਈ ਇਹਨੂੰ ਉੱਤੇ ਲਿਖਦੇ ਤਾਂ ਕਿ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮੰਦਾ ਦੀਸ਼ਾ ਆਨੰਦ ਆਨੰਦ ਪਿਆ ਮੇਰੇ ਮਾਇ ਸਤਿਗੁਰੂ ਮੈਂ ਪਾਇਆ। ਇਸ ਤਰ੍ਹਾਂ ਸਾਰੇ ਬਾਣੀ ਦੇ ਜਿੰਨੇ ਰਾਗ ਉਹਨਾਂ ਦੇ ਮੰਗਲ ਬਦਲ ਉਸ ਵੇਲੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਇਹ ਮਸਲਾ ਬੜੀ ਗੰਭੀਰਤਾ ਨਾਲ ਲਿਆ ਔਰ ਉਹਨਾਂ ਦੀ ਬਖਸ਼ਿਸ਼ ਨਾਲ ਕਿਰਪਾ ਦੇ ਨਾਲ ਇਹ ਮਸਲਾ ਫਿਰ ਬੰਦ ਹੋ ਗਿਆ। ਉਹਦੇ ਤੋਂ ਬਾਅਦ ਰਾਮਾਵੜਾ ਦਾ ਰੌਲਾ ਵੀ ਸੀ, ਉਸ ਵੇਲੇ ਵੀ ਉਹਨਾਂ ਦਾ ਇੱਕ ਅੰਗ ਫੈਸਲਾ ਲੱਭਿਆ ਸੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਉਹਦੇ ਵਿੱਚ ਫੈਸਲਾ ਕੀਤਾ ਸੀ ਕਿ ਰਾਮਾਵੜਾ ਜੀ ਨੇ ਜੋ ਕਰਤਾਰਪੁਰ ਸਾਹਿਬ ਜੀ ਦੀ ਵੀਰ ਹੈ ਉਹਦੇ ਵਿੱਚ ਜਿਸ ਤਰ੍ਹਾਂ ਲਿਖੇ ਹੋਏ ਨੇ ਮੰਗਲ ਉਸੇ ਤਰ੍ਹਾਂ ਦਿੱਤੇ ਜਾਣ। ਔਰ ਸਮੇਂ ਸਮੇਂ ਮੁਤਾਬਕ ਜਦੋਂ ਕੱਟੜ ਪਾਠੀ ਲੋਕਾਂ ਨੇ ਧਰਮ ਦੇ ਉੱਤੇ ਹਮਲਾ ਕਰਨਾ ਸ਼ੁਰੂ ਕੀਤਾ, ਧਰਮ ਦੀਆਂ ਪੌੜੀਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਅੱਜ ਵੀ ਤੁਸੀਂ ਗਿਰਦੀ ਗੁਰਮੁਖੋ ਸਾਰੇ ਆਪਣੇ ਮਨ ਉੱਪਰ ਧਿਆਨ ਮਾਰਿਓ। ਅੱਜ ਕਹਿੰਦਾ ਕਿ ਸਾਰੇ ਲੋਕਾਂ ਦੀ ਜਪਜੀ ਸਾਹਿਬ ਦਾ ਨਾਲ ਜਿਹੜਾ ਜਾਪ ਕਰਦਾ ਸੀ ਖੰਡ ਪਾਠ ਵੇਲੇ ਉਹ ਚੱਕਣਾ ਕਰਦਾ, ਉਹਦਾ ਕਾਰਨ ਕੀ ਸੀ? ਰੱਖਿਆ ਸੀ ਔਰ ਮਹਾਂਪੁਰਸ਼ਾਂ ਦੇ ਡੇਰਿਆਂ ਦੇ ਅੱਜ ਵੀ ਇਹ ਮਰਜ਼ਾਦਾ ਚੱਲ ਰਹੀ ਹੈ ਅਖੰਡ ਪਾਠ ਜਪਜੀ ਸਾਹਿਬ ਕਿਉਂ ਰੱਖਿਆ ਔਰ ਚੱਕਣ ਵਾਲਿਆਂ ਨੇ ਕਿਉਂ ਚੱਕਣਾ ਔਰ ਦੁੱਖ ਚਾਹੁੰਦੇ ਸੀ ਗੋਲੀਆਂ ਦੇ ਪਾਰਟੀ ਉਹ ਵੀ ਅੱਜ ਲੋਕਾਂ ਨੇ ਬੰਦ ਕਰਤੀ, ਕੱਟੜਪੰਥੀ ਲੋਕਾਂ ਦਾ ਵਿਰੋਧ ਚੱਲ ਰਿਹਾ, ਰਾਮ ਸਮਰਤੀ ਵਾਲੇ ਲੋਕਾਂ ਦਾ ਵਿਰੋਧ ਚੱਲ ਰਿਹਾ। ਅੱਜ ਵੀ ਉਹ ਧਰਮ ਦੀ ਪੌੜੀ ਨੂੰ ਬਹੁਤ ਲੋਕ ਖਰਾਬ ਕਰਨ ਵਾਲੇ ਆਪਣੀਆਂ ਆਪਣੀਆਂ ਚਾਲਾਂ ਚੱਲ ਰਹੇ ਜਿਹੜੇ ਮਹਾਂਪੁਰਸ਼ਾਂ ਦੇ ਨਾਲ ਖੜੇ ਹੋਏ ਪੁਰਸ਼ ਨੇ ਉਹ ਇਹਨਾਂ ਗੱਲਾਂ ਦੀ ਵਿਚਾਰ ਕਰਿਆ ਕਿ ਜੋ ਮਹਾਂਪੁਰਸ਼ਾਂ ਨੇ ਨਿਯਮ ਬਣਾਏ ਸੀ, ਜੋ ਮਹਾਂਪੁਰਸ਼ਾਂ ਨੇ ਸੰਸਾਰ ਦੇ ਲੋਕਾਂ ਨੂੰ ਸੇਧ ਦਿੱਤੀ ਸੀ ਉਸ ਸੇਧ 'ਤੇ ਚੱਲੀਏ ਤਾਂ ਗੁਰਮੁਖੋ ਆਪਾਂ ਤੁਰ ਸਕਦੇ ਹਾਂ। ਨਹੀਂ ਤਾਂ ਧਰਮ ਦਾ ਪਤਾ ਨਹੀਂ ਕੀ ਕਦਮਤ ਦੇ ਵਿੱਚ ਅਤੇ ਕੀ ਹਾਲ ਹੋਣਾ। ਅੱਜ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਗੁਰਮੁਖੋ ਦੂਰ ਚਲੇ ਗਈ ਆ ਧਰਮ ਦੇ ਪੱਖੋਂ, ਸਾਰੇ ਮਿੰਟ ਦੇ ਵਿੱਚ ਬਣ ਗਏ ਕੋਈ ਰੱਬ ਦਾ ਨਾਮ ਕਿਸੇ ਨੂੰ ਨਾਮ ਕੀਤੇ ਨਹੀਂ। ਅੱਗੇ ਤੋਂ ਹੋਰ ਵੀ ਐਸਾ ਸਮਾਂ ਆ ਜਾਊਗਾ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਭਵਿੱਖ ਸਾਹਿਬ ਦੇ ਵਿੱਚ ਲਿਖਿਆ ਅਤੇ ਬਹੁਤ ਅੱਗੇ ਕਹਿੰਦੇ ਮਾੜਾ ਸਮਾਂ ਇਸ ਤਰ੍ਹਾਂ ਆ ਜਾਊਗਾ ਕਿ ਗੁਰੀਆਂ ਉਹ ਰੱਬ ਨੂੰ ਮੰਨਣਾ ਤਾਂ ਬਿਲਕੁਲ ਮਨ ਭਰ ਪੜ। ਅੱਜ ਤੁਸੀਂ ਦੇਖੋ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੁਸ਼ੋਭਤ ਨੇ ਤਕਰੀਬਨ ਤਿੰਨ ਤਿੰਨ ਚਾਰ ਚਾਰ ਗੁਰਦੁਆਰੇ ਨੇ, ਉੱਥੇ ਬੰਦਿਆਂ ਦੀ ਗਿਣਤੀ ਕਿੰਨੀ ਕੁ, ਡਿਊਟੀਆਂ ਦੀ ਗਿਣਤੀ ਕਿੰਨੀ ਕੁ ਦੱਸਣ ਦੀ ਜ਼ਰੂਰਤ ਨਹੀਂ ਤੁਸੀਂ ਸਾਰੇ ਜਾਣਦੇ। ਇੰਨਾ ਕੁ ਧਰਮ ਦਾ ਪੱਖ ਸਾਡਾ ਕਰਦਰ ਦੇ ਵਿੱਚ ਰਹਿ ਗਿਆ। ਤੁਸੀਂ ਮਹਾਂਪੁਰਸ਼ਾਂ ਦੇ ਨਾਲ ਜਿਹੜੇ ਜੁੜੇ ਹਨ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਜ਼ਰੂਰ ਕਰੂੰਗਾ ਕਿ ਜੋ ਮਹਾਂਪੁਰਸ਼ ਮਰਜ਼ਾਦਾ ਚਲਾ ਗਏ ਸੀ ਉਹਨਾਂ ਮਰਜ਼ਾਦਾ ਦੇ ਅਨੁਸਾਰ ਅਖੰਡ ਪਾਠ ਦੀ ਜੋ ਮਰਜ਼ਾਦਾ ਸੀ ਉਸ ਮਰਜ਼ਾਦਾ ਨੂੰ ਕਾਇਮ ਰੱਖੋ। ਬਾਕੀ ਵੀ ਭਾਈ ਆ ਜਿਹੜੀਆਂ ਸਾਡੀਆਂ ਮਰਜ਼ਾਦਾ ਹੋਣ ਪ੍ਰਸ਼ਾਦਾ ਛਕਾਉਣ ਦੀਆਂ ਛਕਣ ਦੀਆਂ ਮਰਜ਼ਾਦਾ ਸਨ ਇਹ ਵੀ ਸਾਡੇ ਨਗਰਾਂ ਪਿੰਡਾਂ ਵਿੱਚ ਸਾਰੀਆਂ ਸਥਾਪਨਾ ਹੋ ਚੁੱਕੀਆਂ ਨੇ। ਇਸ ਕਰਕੇ ਮਹਾਂਪੁਰਸ਼ਾਂ ਦਾ ਆਉਣਾ ਹੀ ਸੰਸਾਰ ਵਿੱਚ ਐਸਾ ਸੀ। ਇਹ ਵੱਡੀਆਂ ਵੱਡੀਆਂ ਸੰਪਰਦਾਵਾਂ ਮਹਾਂਪੁਰਸ਼ ਆਏ ਗਿਣਤੀ ਕੋਈ ਨਹੀਂ ਹੈ ਮਹਾਂਪੁਰਸ਼ ਕਿੰਨੇ ਕੁ ਦੁਨੀਆਂ ਚ ਆਏ, ਪਰ ਅੱਜ ਨਾਮ ਕੁਛ ਥੋੜ੍ਹੇ ਮਹਾਂਪੁਰਸ਼ਾਂ ਦਾ ਦੁਨੀਆਂ ਵਿੱਚ ਕਾਇਮ ਹੈ ਜਿਹਨਾਂ ਨੂੰ ਵੱਡ ਦੇ ਵਿੱਚ ਦੁਨੀਆਂ ਜਾਣਦੀ ਹੈ।
ਸੰਤ ਬਾਬਾ ਫਤਿਹ ਸਿੰਘ ਜੀ ਮਹਾਰਾਜ ਨੇ ਅਸੂ ਵਾਣੀ ਉਹਨਾਂ ਦਾ ਨਾਮ 20ਵੀਂ ਸਦੀ ਦੇ ਵਿੱਚ ਸਭ ਤੋਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਨਾਲੋਂ ਇਹ ਦਰਜਾ ਦਿੱਤਾ ਸੀ ਸੰਤ ਦਾ ਦਰਜਾ ਬਾਬਾ ਫਤਿਹ ਸਿੰਘ ਜੀ ਮਹਾਰਾਜ ਨੇ ਅਸੂ ਵਾਣੀ ਵਾਲਿਆ। ਇੱਕ ਵਾਰੀ ਉਹ ਦਰਬਾਰ ਸਾਹਿਬ ਗਏ ਸੀ, ਦਰਬਾਰ ਸਾਹਿਬ ਜਦੋਂ ਉੱਥੇ ਮਰਿਆਦਾ ਸੀ ਕਿ ਕੀਰਤਨ ਜਿਹੜਾ ਹੈ ਉੱਥੇ ਅੰਦਰ ਨਿਰੋਲ ਗੁਰਬਾਣੀ ਦਾ ਹੁੰਦਾ, ਉਹ ਮਹਾਂਪੁਰਸ਼ ਅੰਦਰ ਗਏ ਔਰ ਸਮਾਂ ਨਹੀਂ ਮਿਲਿਆ। ਉਹਨਾਂ ਨੇ ਬਾਅਦ ਆਪਣੀ ਪਰਿਕਰਮਾ ਵਿੱਚ ਸਿੱਧੀਆਂ ਧਾਰਨਾ ਨਾਲ ਕੀਰਤਨ ਕੀਤਾ ਔਰ ਸਾਰੀਆਂ ਦੁਨੀਆਂ ਦਰਬਾਰ ਸਾਹਿਬ ਦੇ ਅੰਦਰ ਉੱਠ ਕੇ ਆ ਕੇ ਬਾਹਰ ਬੈਠ ਗਈ ਔਰ ਉਸ ਵੇਲੇ ਜਥੇਦਾਰ ਨੇ ਕਿਹਾ ਕਿ ਇਹ ਇੱਕ ਸੰਤ ਹੈ, ਜਿਹੜਾ ਸੰਤ ਹੈ ਜਿਹਦੇ ਕੋਲ ਸੱਚ ਹੈ, ਜਦੋਂ ਸਾਧ ਸੰਗਤ ਦੀ ਮਿਠਾਸ ਗੁੜ ਹੋਵੇ ਉਹਦੀ ਮਹਿਕ ਦੇ ਨਾਲ ਪੀੜੀਆਂ ਕਾਢੇ ਆ ਕੇ ਉੱਥੇ ਚਲੇ ਜਾਂਦੇ। ਆ ਦੇਵੀ ਦੇਵਤੇ ਦੇਖੇ, ਮਹਾਤਮਾ ਪੁਰਖੇ ਦੇਖੇ, ਪਹਾੜਾਂ ਨੂੰ ਜਾ ਕੇ ਦੇਖਦੇ, ਲੋਕਾਂ ਨੇ ਉੱਥੇ ਜਾ ਕੇ ਕਬਰ ਬਦਲੀ ਵਾਲੇ ਉਸਦੀ ਮਹਿਕ ਬਦਲ ਜਾਂਦੀ ਹੈ, ਉਹਨੂੰ ਦੁਨੀਆਂ ਲੱਭਣੀ ਨਹੀਂ ਪੈਂਦੀ, ਦੁਨੀਆਂ ਆਪਣੇ ਆਪ ਹੀ ਉੱਥੇ ਚਲੇ ਜਾਂਦੀ ਹੈ। ਜਿਹਨਾਂ ਵਿੱਚ ਮਹਿਕ ਨਹੀਂ ਹੁੰਦੀ ਉਹਨਾਂ ਦੇ ਵੱਡੇ ਵੱਡੇ ਬੋਰਡ ਲੱਗੇ ਤੁਸੀਂ ਦੇਖੋਗੇ, ਸੜਕਾਂ ਦੇ ਬੋਰਡ ਲੱਗੇ ਆ, ਜਾਣੇ ਤਾਂ ਸੰਤ ਬੈਠੇ ਆ, ਕਿਤੇ ਹੋਰ ਕੋਈ ਬੈਠਾ ਨਹੀਂ ਦਿਸਦਾ, ਸੰਤ ਹੀ ਬੈਠੇ ਦਿਸਦੇ। ਉਹ ਜਿਹਨਾਂ ਦੀ ਐਡਵਰਟਾਈਜਮੈਂਟ ਉਹਨਾਂ ਨੂੰ ਕਰਨਾ ਪੈਂਦੀ ਹੈ ਜਿਹਨਾਂ ਦੇ ਕੋਲ ਪਾਵਰ ਨਹੀਂ ਆ, ਮਹਿਕ ਨਹੀਂ ਆ, ਸਿੱਕਾ ਨਹੀਂ ਚੱਲਦਾ। ਜਿਹਨਾਂ ਦਾ ਸਿੱਕਾ ਚੱਲ ਜਾਂਦਾ ਪਹਾੜੀ 'ਤੇ ਚੜ੍ਹ ਕੇ ਬੈਠ ਜਾਣ, ਦੁਨੀਆਂ ਉੱਥੇ ਚਲੇ ਜਾਂਦੀ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਕਰਨਾ ਵਿੱਚੋਂ ਇੱਕ ਮਹਾਨ ਸ਼ਖਸੀਅਤ ਆ, ਪਿਛਲੇ ਸਾਲ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਨੇ ਸਰੀਰ ਛੱਡਿਆ ਹੈ, ਉਹਨਾਂ ਦੇ ਚਰਨਾਂ ਵਿੱਚੋਂ ਗੁਰੂਸਾਈ ਸ਼ਖਸੀਅਤ ਸੀ, ਉਹ ਕਿਤੇ ਸਾਧ ਸੰਗਤ ਜੀ ਉੱਥੇ ਅੰਦਰ ਹੀ ਰਹੇ। ਪਹਿਲਾਂ ਜਾ ਜੋ ਲਿਆਉਂਦੇ ਸੀ ਦੁਨੀਆਂ ਵਿੱਚ, ਪਰ ਇੰਨੀ ਦੁਨੀਆਂ ਸੀ ਉਹਨਾਂ ਦੀ ਸਾਧ ਸੰਗਤ ਦੀ ਜਾਣ ਮਿਲਣੀ, ਉਹ ਗਿਣਤੀ ਨਹੀਂ ਕੀਤੀ ਜਾ ਸਕਦਾ। ਉਹਨਾਂ ਨੇ ਕੋਈ ਐਡਵਰਟਾਈਜਮੈਂਟ ਠੀਕ ਆ, ਲੋਕ ਉਹਨਾਂ ਦਾ ਨਾਮ ਲੈ ਕੇ ਫੋਟੋਆਂ ਲਾ ਦੇ ਰਹੇ, ਪਰ ਉਹਨਾਂ ਮਹਾਂਪੁਰਸ਼ਾਂ ਦੀ ਕਮਾਈ ਸੀ। ਵੱਡੇ ਵੱਡੇ ਮਹਾਂਪੁਰਸ਼ ਹੁਣ ਵੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਕਰਨਾ ਵਿੱਚੋਂ ਇੱਕੋ ਹੀ ਸ਼ਖਸੀਅਤ ਆ, ਸਾਡੇ ਹੁਣ ਇੱਕੋ ਹੀ ਮਹਾਂਪੁਰਸ਼ ਰਹਿੰਦੇ ਆ। ਬੜੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚੋਂ ਭਰੋਸਾਈ ਸ਼ਖਸੀਅਤ ਸੰਤ ਬਾਬਾ ਸਰਤਾ ਸਿੰਘ ਜੀ। ਅੱਜ ਵੀ ਕਿਤੇ ਜਾ ਕੇ ਦਰਸ਼ਨ ਕਰਿਓ ਤੁਸੀਂ ਅਨੰਦਪੁਰ ਸਾਹਿਬ, ਕਦੀ ਵੀ ਜਾਓ ਭਾਈ ਨੰਦ ਲਾਲ ਸਕੂਲ ਦੇ ਵਿੱਚ ਉਹਨਾਂ ਦੀ ਸ਼ਾਨ ਆ, ਉਹ ਸ਼ਾਨ ਦੇ ਵਿੱਚ ਜਾ ਕੇ ਦੇਖੋ ਅੰਦਰ ਵੀ ਠੰਡੀਆਂ ਦਿੱਤੀਆਂ ਉਹਨਾਂ ਨੂੰ, ਕਿਹੜਾ ਸਮਾਂ ਬੀਤ ਗਿਆ। ਸੰਤ ਬਾਬਾ ਜਵਾਲਾ ਸਿੰਘ ਅੱਜ ਉਹਨਾਂ ਦੀ 90 ਸਾਲ ਦੀ ਉਮਰ ਦੇ ਨੇੜੇ ਉਹਨਾਂ ਦੀ ਉਮਰ ਹੈ, ਅਤੇ ਸਾਧ ਸੰਗਤ ਜੀ ਬਾਬਾ ਜਵਾਲਾ ਸਿੰਘ ਜੀ ਨੇ ਇੱਕੋ ਹੀ ਬਚਨ ਕੀਤਾ ਸੀ ਔਰ ਉਸ ਬਚਨ 'ਤੇ ਮੰਨ ਕੇ ਪੈਰਾ ਦੇ ਔਰ ਉਹਨਾਂ ਨੇ ਕਿਹਾ ਸੀ ਭਾਈ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜ਼ਮੀਨ ਹੈ ਰਾਗੀ ਬਾਪ ਦੇ ਵਿੱਚ, ਇਹ ਜੇ ਤੂੰ ਕਬਜ਼ਾ ਕਰਨਾ ਤਾਂ ਆਪਣੀ ਜ਼ਮੀਨ 'ਤੇ ਜਾ ਕੇ ਕਬਜ਼ਾ ਕਰ, ਪਿੰਡ ਨੂੰ ਚੱਲਿਆ ਜਾ, ਇਹ ਜ਼ਮੀਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਗੁਰਦੁਆਰੇ ਦੀ ਜ਼ਮੀਨ 'ਤੇ ਕਬਜ਼ਾ ਨਹੀਂ ਕਰਨਾ, ਜਦੋਂ ਤੈਨੂੰ ਕੋਈ ਫੜ ਕੇ ਤੋਰੂਗਾ ਚਲੇ ਨਹੀਂ, ਜੇ ਨਾ ਫੜ ਕੇ ਤੋਰੂਗਾ ਤੈਨੂੰ ਬੈਠਾ ਨਹੀਂ। ਉਹਨਾਂ ਕਹਿੰਦੇ ਮੈਨੂੰ ਅੱਜ ਨਹੀਂ ਕਿਸੇ ਨੇ ਫੜ ਕੇ ਹਲੇ ਨੇ ਤੋਰਿਆ ਨਹੀਂ ਕਿਹਾ ਕਿਸੇ ਨੇ, ਮੈਂ ਨਹੀਂ, ਉਹਨਾਂ ਨੇ ਸਕੂਲ ਉੱਥੇ ਬਣਾ ਲਿਆ, ਮੈਂ ਬਾਬਾ ਜੀ ਉੱਥੇ ਹੀ ਬੈਠੇ, ਕਹਿੰਦੇ ਮੈਨੂੰ ਕਿਸੇ ਨੇ ਫੜ ਕੇ ਤੋਰਿਆ ਨਹੀਂ, ਵਚਨ ਬਣ ਕੇ ਬੈਠੇ। ਅੱਜ ਦੁਨੀਆਂ ਉਹਨਾਂ ਨੂੰ ਸੰਨ ਦੇ ਵਿੱਚ ਉੱਥੇ ਮਿਲਣ ਜਾਂਦੀ ਹੈ, ਦਰਸ਼ਨ ਕਰਨ ਜਾਂਦੀ ਹੈ। ਕੋਈ ਸੇਵਾਦਾਰ ਕਹਿੰਦਾ ਬਾਬਾ ਜੀ ਨੇ ਦੋ ਇੱਟਾਂ ਨਹੀਂ ਰੱਖੀਆਂ, ਇਹ ਤਾਂ ਗੁਰਦਾ ਪੱਪਾ ਬਣਾ ਦਈਏ, ਬੀਬੀ ਕਹਿੰਦੀ ਜਰਾ ਲਿਖ ਲੁੱਕ ਦਿੰਦੇ ਹਾਂ। ਉਹ ਕਹਿੰਦੇ ਜੇ ਪੱਪਾ ਚੋਲਾ ਬਣਾ ਲਿਆ ਕਮੇਟੀ ਨੇ ਕਹਿਣਾ ਕਬਜ਼ਾ ਕਰਦਾ, ਇਹ ਤਾਂ ਚੋਲੇ ਦੀ ਮੌਜੀ ਬਣੀ ਆ, ਛੋਟੀ ਮੌਜੀ ਰੱਖਣੀ ਅੰਦਰ ਨੂੰ ਇੱਟਾਂ ਕਰ ਲਾ, ਵੱਡੀ ਤਾਂ ਰੱਖਣਾ ਬਾਹਰ ਨੂੰ ਕਰ ਲਾ, ਕਹਿੰਦੇ ਤਾਂ ਮੌਜੀ ਬਣੀ। ਔਰ ਸਾਧ ਸੰਗਤ ਜੀ ਅੱਜ ਵੀ ਉੱਥੇ ਅੰਦਰ ਜਾ ਕੇ ਦੇਖੋ ਸਬੀਆਂ ਦਿੱਤੀਆਂ ਔਰ ਇੱਟਾਂ ਦੇ ਵਿੱਚੋਂ ਕਲਰ ਨਿਕਲ ਨਿਕਲ ਕੇ ਉਹਨਾਂ ਨੂੰ ਢਾਉਣ ਨਹੀਂ ਦਿੱਤਾ, ਉਸੇ ਤਰ੍ਹਾਂ ਸੰਨ ਉੱਤੇ ਬਹਿਣੀ ਹੋਈ ਹੈ, ਉਸੇ ਤਰ੍ਹਾਂ ਸੰਨ ਵਿੱਚ ਬੈਠੇ। ਕਮਾਈ ਵਾਲੇ ਜਿਹੜੇ ਕਮਾਈ ਵਾਲੇ ਪੁਰਸ਼ ਹੈ ਉਹਨਾਂ ਦਾ ਨਾਮ ਸੰਸਾਰ ਦੇ ਵਿੱਚ ਦੁਨੀਆਂ ਜਪਦੀ ਹੈ, ਦੁਨੀਆਂ ਜੇਤੇ ਕਰਦੀ ਹੈ, ਪਰ ਜਿਹੜੇ ਪਾਈ ਕਮਾਈ ਵਾਲੇ ਪੁਰਸ਼ ਨਹੀਂ, ਠੀਕ ਹੈ ਪਹਿਰਾਵਾ ਕਿਸੇ ਦਾ ਹੋ ਸਕਦਾ, ਕਿਸੇ ਦਾ ਵੱਡਾ ਡੇਰਾ ਹੋ ਸਕਦਾ, ਕਿਸੇ ਮਗਰ ਦੁਨੀਆਂ ਵੱਧ ਹੋ ਸਕਦੀ ਹੈ, ਇਹ ਗੱਲਾਂ ਮਹਾਨਤਾ ਸਾਧੂ ਨੂੰ ਆਉਂਦੀਆਂ। ਸਾਧੂ ਦੀ ਮਹਾਨਤਾ ਗੁਰਬਾਣੀ ਵਿੱਚ ਪੜ੍ਹ ਕੇ ਦੇਖੋ, ਹਰ ਕ ਸਲੋਕ ਜਾਂ ਕਹਿ ਲੈ ਵੈਰੀ ਨੀਤ ਸਮਾਨ ਕਹੋ ਨਾਨਕ ਸੁਨਰੇਖ ਦਾ ਮੁਖ ਉਤਾਹਿਤ ਹੈ, ਉਹ ਤਾਂ ਮੁਕਤ ਪੁਰਸ਼ ਹੈ। ਵੱਡੇ ਵੱਡੇ ਸੰਤ ਬਾਬਾ ਵੀਰ ਸਿੰਘ ਜੀ ਨੰਗਾ ਬਾਬ ਵਾਲੇ ਉਹਨਾਂ ਨੇ ਸਾਧ ਸੰਗਤ ਜੀ ਜਦੋਂ ਪੰਜਾਬ ਕੌਮ ਨੂੰ ਹਮਲਾ ਕਰਕੇ ਆਏ, ਧਿਆਨ ਸਿੰਘ ਡੋਗਰੇ ਦਾ ਮੁੰਡਾ ਹੀਰਾ ਸਿੰਘ ਡੋਗਰਾ ਚੜ੍ਹਾਈ ਕਰਕੇ ਆਇਆ, ਬਾਬਾ ਵੀਰ ਸਿੰਘ ਜੀ ਨੇ ਕਿਹਾ ਭਾਈ ਮੋਹਰੇ ਸਿੱਖ ਆ ਰਹੀ ਹੈ, ਸਿੱਖ ਸ਼ਸਤਰ ਨਹੀਂ ਚੱਕਣਾ, ਦੁਨੀਆਂ ਕਹੂਗੀ ਸਿੱਖ ਆਪਸ ਵਿੱਚ ਲੜ ਕੇ ਮਰ ਗਿਆ। ਦੇਖੋ ਗੁਰਮੁਖੋ ਸੰਤ ਨਹੀਂ ਨਿਕਲਦਾ,
ਹੁਣ ਪਾਵਰ ਪੂਰੀ ਹੋ ਗਈ ਔਰ ਪਾਵਰ ਪੈਦਾ ਕਰਨੀ ਬੜੀ ਸੌਖੀ ਹੈ, ਸੰਭਾਲ ਕੇ ਰੱਖਣੀ ਬੜੀ ਔਖੀ। 35,000 ਫੌਜ ਮੁਰਾਬਾ ਵੀਰ ਸਿੰਘ ਜੀ ਦੇ ਫੋਰਸ ਵਿੱਚ ਸੀ, 10,000 ਫੌਜ ਸੰਧਾ ਵਾਲੀਆਂ ਬਲਜੀਤ ਸਿੰਘ ਜੀ, 10,000 ਫੌਜ ਕਸ਼ਮੀਰਾ ਸਿੰਘ ਕਸੌਰਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਹਿਬਜ਼ਾਦ, 10,000 ਫੌਜ ਜਵਾਹਰ ਸਿੰਘ ਨਰੂਲਾ ਹਰੀ ਸਿੰਘ ਨਰੂਲੇ ਦਾ ਮੁੰਡਾ, ਇਹ 5,000 ਬਾਬਾ ਜੀ ਦੇ ਸੇਵਕ ਉਸ ਵੇਲੇ ਹਾਜ਼ਰ ਸਨ ਔਰ ਬਾਬਾ ਬੰਦਿਆ ਹੋਇਆ। ਉਹਨਾਂ ਨੇ ਕਿਹਾ ਮੈਂ ਇਤਿਹਾਸ ਦੇ ਪੱਤਰੇ ਕਾਲੇ ਨਹੀਂ ਕਰਨਾ, ਦੁਨੀਆ ਕਹੂਗੀ ਸਿੱਖ ਆਪ ਇੰਨੀ ਪਾਵਰ ਬੰਦਿਆਂ ਕਰਦੀ ਨਹੀਂ, ਕਾਹਦਾ ਕਾਰਨ ਕਿ ਸਾਡੇ ਧਰਮ ਨੂੰ ਹਾਨੀ ਨਾ ਹੋ। ਅੱਜ ਦੁਨੀਆ ਸਾਡੇ ਸਿੱਖਾਂ ਦਾ ਹਾਲ ਦੇਖੋ, ਕੋਈ ਮਹਾਂਪੁਰਸ਼ਾਂ ਦਾ ਕੋਈ ਆ ਜਾਵੇ ਪਾਵਰ, ਹੁਣ ਤਾਂ ਗੁਰੂ ਨਾਨਕ ਸਾਹਿਬ ਜੀ ਕੋਈ ਐਸਾ ਅਵਤਾਰ ਭੇਜਣਗੇ, ਕੋਈ ਐਸਾ ਮਹਾਂਪੁਰਖ ਭੇਜਣਗੇ, ਕਿਉਂਕਿ ਸਾਡਾ ਦੇਵਤਿਆਂ ਦਾ ਪੱਖ ਜਿਹੜਾ ਸੀ ਉਹ ਡਾਊਨ ਹੋ ਗਿਆ, ਰਾਕਸ਼ ਪੱਖ ਭਾਲ ਹੋ ਗਿਆ। ਉਹ ਰਾਕਸ਼ ਪੱਖ ਵਾਲੇ ਲੋਕ ਮਰਯਾਦਾ ਨੂੰ ਭੰਗ ਕਰਨ 'ਤੇ ਤੁਲੇ ਹੋਏ, ਰਾਕਸ਼ ਪੱਖ ਵਾਲੇ ਲੋਕ ਧਰਮ ਦੀ ਹਾਨੀ ਕਰਨ 'ਤੇ ਤੁਲੇ ਹੋਏ, ਰਾਕਸ਼ ਪੱਖ ਵਾਲੇ ਲੋਕ ਦੁਨੀਆਂ ਦੀਆਂ ਮਰਯਾਦਾ ਨੂੰ ਭੰਗ ਕਰ ਰੱਖੇ ਹੈ, ਇਹਨਾਂ ਨੂੰ ਧਰਮ ਨਾਲ ਕੋਈ ਪਿਆਰ ਨਹੀਂ। ਸੰਤ ਬਾਬਾ ਜਵਾਲਾ ਸਿੰਘ ਜੀ, ਤੁਸੀਂ ਬਬਰਾਂ ਦੀ ਕਿਤਾਬ ਦੇਖੋ, ਉਸ ਬਬਰਾਂ ਦੀ ਕਿਤਾਬ ਨੂੰ ਬਾਬਾ ਜਵਾਲਾ ਸਿੰਘ ਜੀ ਦਾ ਜ਼ਿਕਰ ਕੀਤਾ ਗਿਆ, ਭਾਵੇਂ ਕਿਤਾਬ ਬਬਰਾਂ ਦੀ ਪਰ ਉਹਦੇ ਵਿੱਚ ਜ਼ਿਕਰ ਬਾਬਾ ਜਵਾਲਾ ਸਿੰਘ ਜੀ ਦਾ ਵੀ ਉਹਨਾਂ ਨੇ ਕੀਤਾ ਉਹਦੇ ਵਿੱਚ, ਕਿਉਂਕਿ ਬਾਬਾ ਜਵਾਲਾ ਸਿੰਘ ਜੀ ਦੇ ਛੋਟੇ ਭਾਈ ਬਬਰ ਲੈਣ ਦੇ ਵਿੱਚ ਹਿੱਸਾ ਪਾਇਆ ਔਰ 5.5 ਸਾਲ ਕੈਦ ਵੀ ਕੱਟੀ ਔਰ ਬਾਬਾ ਜਵਾਲਾ ਸਿੰਘ ਜੀ ਮਗਰਾ ਉਹਨਾਂ ਨੇ ਲਿਖਿਆ ਬਬਰ ਲਹਿਰ ਦੀ ਕਿਤਾਬ ਦੇ ਵਿੱਚ ਕਿ ਇਹ ਬਾਬਾ ਦਇਆ ਸਿੰਘ ਉਹ ਹੈ ਜਿਹਦਾ ਇੱਕ ਸਕਾ ਭਰਾ ਬਾਬਾ ਜਵਾਲਾ ਸਿੰਘ ਹਰਖੋ ਵਾਲਾ ਆਇਆ ਔਰ ਉਸ ਵੇਲੇ ਉਸਨੇ ਮੁਸਲਮਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ। 1947 ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਕਿਸੇ ਨੂੰ ਮਾਰਿਓ ਨਾ, ਤੁਹਾਨੂੰ ਕੋਈ ਕੁਛ ਨਹੀਂ ਕਹਿ। ਔਰ ਕਿਸੇ ਨੇ ਕਿਹਾ ਮਹਾਰਾਜ ਮੁਸਲਮਾਨਾਂ ਦਾ ਬੜਾ ਦੁੱਖ, ਉਹਦਾ ਸਮਾਨ ਲੋਕ ਇਕੱਠਾ ਕਰਕੇ ਲਿਆਏ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਚੰਦ ਦਿਨਾਂ ਦੀ ਚਾਨਣੀ ਹੈ, ਇਹਨਾਂ ਪਿਓ ਵੀ ਲੈ ਕੇ ਚਲੇ ਜਾਏ। ਉਹ ਮਹਾਂਪੁਰਸ਼ਾਂ ਨੇ ਉਸਦੇ ਆਵਾਜ਼ ਉਠਾਈ ਕਿ ਤੁਸੀਂ ਕਿਸੇ ਨੂੰ ਕੁਛ ਨਾ ਕਹੋ, ਤੁਹਾਨੂੰ ਕੋਈ ਕੁਛ ਨਹੀਂ ਕਹਿ। ਅਤੇ ਸਾਧ ਸੰਗਤ ਜੀ ਉਹਨਾਂ ਦੇ ਸੇਵਕ ਸੀ ਬਾਬਾ ਦਰਸ਼ਨ ਸਿੰਘ ਮਜਾਇਆ, ਇੱਥੇ ਹਰਖੋਵਾਲ ਰਹਿੰਦੇ ਹੁੰਦੇ ਸੀ। ਉਹ ਕਹਿੰਦੇ ਮੈਂ ਕਿਸੇ ਦੀ ਲੱਤ ਫੜ ਦੇਖੀ, ਲੱਤ ਫੜ ਤੋਂ ਪਤਾ ਨਹੀਂ ਲੱਤ ਵੱਢੀ ਵੱਢਿਆ ਰੌਲਾ ਝੰਡਾ ਪੈ ਗਿਆ, ਉਹ ਛੱਡ ਛੱਡ ਗਿਆ ਹੋਇਆ, ਭਤੀਜੇ ਦਾ ਝੰਡਾ ਸੀ ਕਹਿੰਦੇ ਛੱਡ ਛੱਡ ਗਿਆ ਹੋਇਆ। ਕਹਿੰਦੇ ਮੈਂ ਆ ਕੇ ਬਾਬਾ ਜਵਾਲਾ ਸਿੰਘ ਚਰਨਾਂ 'ਚ ਬੈਠਿਆ ਅਤੇ ਲੜਾਈ ਹੋ ਕਰਕੇ ਹਰਦੀ ਬੁਰਾ ਸਾਰੇ ਘੱਟਾ ਵੱਢੀ ਹੋਈ। ਇੱਕ ਬੰਦਾ ਕਹਿੰਦਾ ਮਹਾਰਾਜ ਬੜਾ ਦੁਨੀਆਂ ਦੇ ਵਿੱਚ ਘੱਟਾ ਵੱਢੀ ਹੋਈ ਹੈ, ਬੜੇ ਲੋਕਾਂ ਨੇ ਮੁਸਲਮਾਨਾਂ ਨੂੰ ਵੱਢਿਆ, ਕੋਈ ਲੋਕਾਂ ਨੇ ਉਹਨਾਂ ਨੂੰ ਵੱਢਿਆ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਅੰਤਰਜਾਮੀ ਦਰਸ਼ਨ ਸਿੰਘ ਬਲ ਨੂੰ ਦੇਖ ਕੇ ਕਹਿਣ ਲੱਗੇ, ਕਹਿੰਦੇ ਜਿਹਨੇ ਕੀਤੀਆਂ ਭੁਗਤਣੀਆਂ ਵੀ ਉਹਨੇ ਹੋਈਆਂ। ਉਹ ਫਿਰ ਬਾਬਾ ਦਰਸ਼ਨ ਸਿੰਘ ਆਪ ਸੁਣਾਉਂਦਾ, ਕਹਿੰਦਾ ਮੇਰੇ ਭਤੀਜੇ ਦੀ ਲੜਾਈ ਸੀ, ਲੜਾਈ ਖਤਮ ਹੋ ਗਈ, ਛੱਡ ਛੱਡ ਗਿਆ ਹੋ ਗਿਆ। ਇੱਕ ਬੰਦਾ ਆਇਆ ਮਾਰਿਆ ਪਿੱਛੋਂ ਕਿਰਪਾਨ ਮਾਰ ਕੇ ਲੱਤ ਫੜ, ਇੰਨਾ ਟੋਆ ਮੈਂ ਉਹਨਾਂ ਦੀ ਲੱਤ ਵਿੱਚ ਦੇਖਿਆ। ਉਹ ਮਹਾਂਪੁਰਸ਼ ਕਹਿੰਦੇ ਸੀ ਭਾਈ ਜਿਹੜਾ ਤੁਸੀਂ ਭਲੇ ਦਾ ਕੰਮ ਕਰੋ, ਸੰਸਾਰ ਵਿੱਚ ਭਲਾ ਕਰਨ ਵਾਲੇ ਪੁਰਸ਼ਾਂ ਦਾ ਨਾਮ ਸੰਸਾਰ ਵਿੱਚ ਹੋਇਆ, ਬੁਰਾ ਕਰਮ ਵਾਲੇ ਕਰਮ ਕਰਨ ਵਾਲੇ ਪੁਰਸ਼ਾਂ ਨੂੰ ਦੁਨੀਆਂ ਨੇ ਮੰਦਾ ਹੀ ਕਰਦਾ, ਉਹਨਾਂ ਨੂੰ ਉਸ ਵੇਲੇ ਵੀ ਮੰਦਾ ਆਖਦੇ, ਦੁਨੀਆਂ ਬਾਅਦ ਵਿੱਚ ਵੀ ਮੰਦਾ ਹੀ ਆਖਦਾ। ਭਾਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਨਾਮ ਦੁਨੀਆਂ ਲੈਂਦੀ ਹੈ, ਪਰ ਔਰੰਗਜ਼ੇਬ ਦਾ ਨਾਮ ਨਾਲ ਹੀ ਆਉਂਦਾ ਮਾੜੇ ਕਰਮ ਕਰਨ ਵਾਲੇ ਪੁਰਖਾਂ ਦਾ ਨਾਮ ਵੀ ਨਾਲ। ਇਸ ਕਰਕੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ, ਜਿਹਨਾਂ ਦਾ ਨਾਮ ਅੱਜ ਵਿਸ਼ਵ ਦੀਆਂ ਸਿੱਖ ਸਟੇਜਾਂ 'ਤੇ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ, ਬੜੇ ਸਾਰੇ ਧਰਮਾਂ ਦਾ ਬੜਾ ਸਤਿਕਾਰ ਕਰਦੇ ਸੀ, ਕਿਸੇ ਧਰਮ ਨੂੰ ਮਾੜਾ ਨਹੀਂ। ਕੱਟੜਵਾਦ ਬਿਲਕੁਲ ਅੰਦਰ ਹੈ ਹੀ ਨਹੀਂ ਕਿਤੇ ਮਾੜਾ ਹੋਣਾ। ਇੱਕ ਵਾਰੀ ਸੰਤ ਬਾਬਾ ਰਾਮਾਨੰਦ ਜੀ ਅਵਧੂਤ ਬੇਲੀ ਰਾਮ ਦੇ ਸੇਵਕ, ਉੱਥੇ ਇਹਨਾਂ ਦਾ ਸਥਾਨ ਹੈ ਬਸੀ ਰਾਮ ਹੈ, ਉਹ ਅੰਦਰ ਆ ਕੇ ਬੈਠੇ ਹੋਏ ਸੀ ਅਤੇ ਉਹਨਾਂ ਨੇ ਦਾੜੀ ਮੁੰਨੀ ਮਨਾਈ ਹੋਈ ਸੀ ਅਤੇ ਸਿਰ ਵੀ ਮੁੰਨਿਆ ਹੋਇਆ ਸੀ ਔਰ ਸਾਰਾ ਚੰਗੀ ਤਰ੍ਹਾਂ ਮੂੰਹ ਸਿਰ ਮੁੰਨ ਕੇ ਰੱਖਦੇ ਸੀ। ਜਦੋਂ ਅੰਦਰ ਬੈਠੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ, ਅਤੇ ਜਦੋਂ ਸਿੰਘ ਨੇ ਪ੍ਰਸ਼ਾਦ ਕੱਢਿਆ ਪੰਜਾਂ ਪਿਆਰਿਆਂ ਦਾ, ਇੱਕ ਹਿੱਸਾ ਇੱਕ ਨੂੰ ਦੇਤਾ, ਦੂਜੇ ਨੂੰ ਦੇਤਾ, ਤੀਜੀ ਜਗ੍ਹਾ 'ਤੇ ਉਹ ਮਹਾਂਪੁਰਸ਼ ਸੀ ਬੈਠੇ, ਉਹਨੇ ਕੋਈ ਮਹਾਂਪੁਰਸ਼ਾਂ ਨੂੰ ਦਿੱਤਾ, ਉਹਨੂੰ ਮਹਾਂਪੁਰਸ਼ ਦੇਣਾ ਨਹੀਂ ਸੀ ਕਿਉਂਕਿ ਉਹਨਾਂ ਦਾੜੀ ਕੇਸ ਦਿੰਦੇ ਹੋਏ ਸੀ। ਉਹਨਾਂ ਨੇ ਕਹਾ ਦੋ ਤਿੰਨ ਸਿੰਘਾਂ ਨੂੰ ਹੋਰ ਦੇ ਦਿੱਤਾ ਔਰ ਫਿਰ ਮਗਰੋਂ ਪ੍ਰਸ਼ਾਦ ਵਰਤਣ ਤੋਂ ਬਾਅਦ ਬਾਬਾ ਜੀ ਨੇ ਫਿਰ ਉਹ ਸਿੰਘ ਨੂੰ ਸੱਦਿਆ, ਕਹਿਣ ਲੱਗੇ ਭਾਈ ਗੁਰਮੁਖਾ ਅੱਗੇ ਵਾਸਤੇ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਕੱਢ ਕੇ ਵਿੱਚੇ ਰਾ ਦਿਆ,
ਕਹਿੰਦੇ ਉਹ ਮਹਾਂਪੁਰਸ਼ ਜਿਹੜੇ ਭਾਂਡੇ ਧੋਂਦੇ ਸੀ ਉਹਨਾਂ ਦਾ ਸਿਰ ਦਾੜੀ ਤੇ ਸਨਾਹ ਹੋਣ ਕਰਕੇ ਬੇਸਤਕਾਰੀ ਹੋਈ ਹੈ। ਅੱਗੇ ਵਾਸਤੇ ਪ੍ਰਸ਼ਾਦ ਦੇਣਾ ਨਹੀਂ ਕਿਸੇ ਇੰਨਾ ਸਤਿਕਾਰ ਕਰਦੇ ਸੀ ਹਰੇਕ ਪੁਰਸ਼ ਦਾ। ਗੈਰ ਮੱਤ ਵਾਲੇ ਵੀ ਕਈ ਆਉਂਦੇ ਸੀ ਅਤੇ ਉਹਨਾਂ ਨੇ ਲਸਣ ਵਰਤਾਂ 'ਤੇ ਮਨਾਹੀ ਕੀਤੀ ਹੋਈ ਕਿ ਅੱਜ ਵੀ ਸਾਡੇ ਸਥਾਨ 'ਤੇ ਅਸੀਂ ਲਸਣ ਪਾਉਂਦੇ ਨਹੀਂ ਕਿਉਂਕਿ ਕਈ ਧਰਮ ਐਸੇ ਨੇ ਉਹ ਲਸਣ ਖਾਂਦੇ ਨੇ। ਸਾਰਿਆਂ ਧਰਮਾਂ ਦਾ ਸਤਿਕਾਰ ਮੇਰੀ ਬਾਬਾ ਗੁਲਾਬ ਸ਼ਾਹ ਜੀ ਦਾ ਅਸਥਾਨ ਹੈ ਉਸ ਅਸਥਾਨ 'ਤੇ ਉਹਨਾਂ ਦੀ ਸਿਹਤ ਬੀਬੀ ਜੀਵੇ ਸ਼ਾਹ ਹੋਈ ਹੈ। ਜਦੋਂ ਬਾਬਾ ਜੀ ਸਰੀਰ ਛੱਡਣ ਲੱਗੇ ਦਬੇਦੀ ਤਾਂ ਉਹਨੇ ਆ ਕੇ ਬੇਨਤੀ ਕੀਤੀ ਸੀ ਮਹਾਰਾਜ ਤੁਸੀਂ ਸਰੀਰ ਨਾ ਛੱਡੋ ਤੁਹਾਡੀ ਜਗ੍ਹਾ 'ਤੇ ਮੈਂ ਛੱਡ ਦਿੰਦਾ। ਪਰ ਉਹਨੇ ਕਿਹਾ ਮੇਰੇ ਕਰਨ ਦਾ ਕੰਮ ਨਹੀਂ ਇਹ ਪੰਡ ਭਾਰੀ ਹੈ ਅਸੀਂ ਚੱਕ ਸਕਦੇ। ਔਰ ਸਾਧ ਸੰਗਤ ਜੀ ਜਦੋਂ ਸਰੀਰ ਛੱਡਿਆ ਬਾਬਾ ਗੁਰਬਚਨ ਸਿੰਘ ਜੀ ਖੰਡਰਾਂ ਵਾਲੇ ਉਹਨਾਂ ਦਾ ਬੜਾ ਪਿਆਰ ਸੀ ਬਾਬਾ ਜਵਾਲਾ ਸਿੰਘ ਜੀ ਦੇ ਨਾਲ। ਜਦੋਂ ਦਰਸ਼ਨ ਕਰਨ ਵਾਸਤੇ ਦਵੇਲੀ ਆ ਮੱਥਾ ਟੇਕਿਆ ਮੱਥਾ ਟੇਕ ਕੇ ਆਗਿਆ ਲੈ ਕੇ ਇੱਕ ਦੂਜੇ ਨਾਲ ਅੱਕ ਦਾ ਇਸ਼ਾਰਾ ਹੋ ਗਿਆ ਕਿ ਦੁਬਾਰਾ ਮੇਲਾ ਨਹੀਂ ਹੋਣਾ ਅਤੇ ਬਾਬਾ ਗੁਰਬਚਨ ਸਿੰਘ ਜੀ ਚਲੇਗਾ ਨਾਲ ਸਿੰਘਾਂ ਦਾ ਜੱਥਾ। ਕੋਈ 200 ਮੀਟਰ ਤੋਂ ਜਾ ਕੇ ਵਾਪਸ ਪਿੱਛੇ ਨੂੰ ਮੁੜਿਆ ਪਿੱਛੇ ਨੂੰ ਮੁੜ ਕੇ ਆ ਕੇ ਪੈਰਾਂ ਵਾਲੇ ਪਾਸੇ ਖੜ੍ਹੇ ਹੋ ਕੇ ਇੱਦਾਂ ਬੇਨਤੀ ਕੀਤੀ ਮਹਾਰਾਜ ਕੋਈ ਜਾਣ ਲੱਗੇ ਜ਼ਿੰਦਗੀ ਦਾ ਕੋਈ ਤਜਰਬੇ ਦਾ ਪ੍ਰਸਾਦ ਦੇ ਦਿਓ ਕਿਉਂਕਿ ਇਹ ਜਿਹੜੇ ਕਮਾਏ ਹੋਏ ਇਹਨਾਂ ਦੇ ਵਚਨ ਨੇ ਮਹਾਂਪੁਰਸ਼ਾਂ ਦੇ ਉਹਨਾਂ ਦੇ ਜੀਵਨ ਵਿੱਚ ਇਹ ਗੱਲਾਂ ਲੱਭ ਰਹੀਆਂ ਨੇ ਸਾਧ ਸੰਗਤ ਦੀ। ਜਦੋਂ ਫਿਰ ਬਾਬਾ ਜਵਾਲਾ ਸਿੰਘ ਦੇ ਚਰਨਾਂ ਵਿੱਚ ਬਾਬਾ ਗੁਰਬਚਨ ਸਿੰਘ ਜੀ ਖੜ੍ਹੇ ਹੋਏ ਉਹਨਾਂ ਨੇ ਫਿਰ ਇੱਕ ਆਵਾਜ਼ ਦੇ ਕੇ ਇੱਕ ਗੱਲ ਕਰਨੀ ਕਹਿਣ ਲੱਗੇ ਗਿਆਨੀ ਜੀ ਸਾਰੀ ਜ਼ਿੰਦਗੀ ਦੇ ਵਿੱਚ ਮੇਰਾ ਇੱਕ ਤਜਰਬਾ ਮੈਂ ਕੀਤਾ ਹੈ ਕਿ ਇਹ ਮਨੁੱਖ ਕੁਛ ਬਣੇ ਜਾਵੇ ਜਾਣੇ ਮੈਂ ਕੁਛ ਕਰਤਾ ਤਾਂ ਆਪਣਾ ਗਰਭ ਜੋ ਕਹਿੰਦੇ ਜਦੋਂ ਬਣਦਾ ਰੌਲਾ ਬਣਨ ਦਾ ਅੱਜ ਸੰਸਾਰ ਵਿੱਚ ਰੌਲਾ ਸਿਰਫ ਬਣਨ ਦਾ ਜਿੱਥੇ ਕਿਤੇ ਲੜਾਈ ਹੈ ਸਿਰਫ ਬਣਨੇ ਨੇ ਆਪਣੇ ਆਪ ਕੁਛ ਬਣਦਾ। ਮਹਾਂਪੁਰਸ਼ ਸਿਰਫ ਇਹੀ ਹੁੰਦੇ ਹੋ ਸੁਮਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਔਰ ਪਾਵਰ ਕਿੰਨੀ ਕੁ ਵੱਡੀ ਸੀ ਸਾਧ ਸੰਗਤ ਦੀ ਮੈਂ ਥੋੜ੍ਹਾ ਸਮਾਂ ਲਾਉਣਾ ਰਾਗੇ ਘਰ ਦੀ ਆਏ ਹੈ ਮੈਂ ਤਾਂ ਥੋੜ੍ਹਾ ਜਿਹਾ ਉਹਨਾਂ ਦੇ ਜੀਵਨ 'ਤੇ ਜ਼ਿਕਰ ਕਰਨਾ। ਪਾਵਰ ਕਿੰਨੀ ਵੱਡੀ ਸੀ ਪਾਵਰ ਦੀ ਗਿਣਤੀ ਲੱਗੀ ਮੈਨੂੰ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਬੜਾ ਪ੍ਰੇਮ ਸੀ ਮੇਰੇ ਨਾਲ ਬਹੁਤ ਕਰਦੇ ਸੀ ਮੈਂ ਤਾਂ ਪਾਵਰ ਉਹਨੇ ਯੋਗਾ ਨਹੀਂ ਸੀ ਪਰ ਮੇਰਾ ਸਤਿਕਾਰ ਬਹੁਤ ਕਰਦੇ ਸੀ ਮੈਨੂੰ ਕੋਠੀ ਦੇਣੀ ਕੱਪੜਾ ਪਸਾਉਣਾ ਔਰ ਕਰਨ ਲੱਗੇ ਬੜਾ ਸਤਿਕਾਰ ਕਰਨਾ। ਇੱਕ ਦਿਨ ਮੈਨੂੰ ਕਹਿੰਦੇ ਬਾਬਾ ਜਵਾਲਾ ਸਿੰਘ ਨਾਂ ਨਹੀਂ ਸੀ ਲੈਂਦੇ ਸਾਰੀ ਜ਼ਿੰਦਗੀ ਮੈਂ ਨਾਂ ਨਹੀਂ ਉਹਨਾਂ ਤੋਂ ਸੁਣਿਆ ਜਿੰਨਾ ਚਿਰ ਮੈਂ ਦਰਸ਼ਨ ਕੀਤੇ ਉਹਨਾਂ ਤੋਂ ਬਾਬਾ ਜੀ ਦਾ ਨਾਂ ਨਹੀਂ ਸੁਣਿਆ। ਜਦੋਂ ਕਹਿੰਦੇ ਸੀ ਸੰਤ ਮਹਾਰਾਜ ਜੀ ਹਰਖੋ ਆ ਗਏ ਕਹਿੰਦੇ ਮੈਨੂੰ ਕਹਿਣ ਲੱਗੇ ਸੰਤ ਮਹਾਰਾਜ ਰਾਮਚੰਦਰ ਦੇ ਬਾਬੇ ਹੋਏ ਆ ਦਸ਼ਰਥ ਦੇ ਪਿਤਾ ਰਘੁ ਰਾਜਾ ਰਘੁ ਹੋਇਆ ਜੇ ਤੂੰ ਰਘੁ ਪਾਸ ਚੱਲਿਆ। ਮੈਨੂੰ ਕਹਿਣ ਲੱਗੇ ਦਸ਼ਰਥ ਦੇ ਬਾਬੇ ਬਾਬਾ ਮਹਾਰਾਜ ਹਰਖੋਵਾਲ ਵਾਲੇ ਹੋਏ ਆ ਕਥਾ ਵਿੱਚ ਵੀ ਸ਼ਬਦ ਕਹਿ ਗਿਆ ਇਹ ਮੈਨੂੰ ਉਹਨਾਂ ਨੇ ਵਚਨ ਕੀਤਾ। ਫਿਰ ਮੈਨੂੰ ਇੱਕ ਦਿਨ ਇਹਦਾ ਪੁਰੇ ਜਾਂਦੇ ਜਾਂਦੇ ਖੜੇ ਹੋ ਕੇ ਕਹਿਣ ਲੱਗੇ ਕਿ ਸੰਤ ਮਹਾਰਾਜ ਜੀ ਤਾਕਤ ਕੋਈ ਨਾਪ ਤੋਲ ਗਿਣਤੀ ਮਿਣਤੀ ਨਹੀਂ ਸੀ ਹੈ ਮੈਨੂੰ ਕਹਿੰਦੇ ਅਣਤੋਲੀ ਤਾਕਤ ਦੀ ਗਿਣਤੀ ਮਿਣਤੀ ਕੀ ਤਾਕਤ ਦੀ ਗਿਣਤੀ ਸਾਧ ਸੰਗਤ ਦੀ ਤੁਸੀਂ ਇੱਕ ਅੰਦਾਜ਼ਾ ਲਾ ਲਓ। ਨਾਗਾਸਾਕੀ ਹੀਰੋਸ਼ੀਮਾ ਸ਼ਹਿਰ ਨੇ ਜਪਾਨ ਦੇ ਕੋਲ ਬੜੇ ਸੁੰਦਰ ਸ਼ਹਿਰ ਸਨ ਔਰ ਜਦੋਂ ਉੱਥੇ ਬੰਬ ਸੁੱਟਿਆ ਉਹ ਬੰਬ ਦੇ ਨਾਲ ਉਸ ਧਰਤੀ 'ਤੇ ਹਾਲੇ ਵੀ ਇੰਨਾ ਅਸਰ ਹੈ ਬੱਚੇ ਜਿਹੜੇ ਜੰਮਦੇ ਉਹਨਾਂ 'ਤੇ ਅਸਰ ਉਸ ਬੰਬ ਦਾ ਇੰਨਾ ਅਸਰ ਸੀ ਧਰਤੀ 'ਤੇ ਹਾਲੇ ਵੀ ਕੋਈ ਜੰਮਦਾ ਨਹੀਂ ਉਸ ਬੰਬ ਦੇ ਨਾਲੋਂ 20,000 ਗੁਣਾ ਵੱਧ ਤਾਕਤ ਵਾਲਾ ਬੰਬ ਰੂਸ ਅਤੇ ਅਮਰੀਕਾ ਵਰਗੀਆਂ ਤਾਕਤਾਂ ਨੇ ਬਣਾ ਲਏ ਸੀ ਵੱਢਣੇ ਦੱਬਣਾ ਸੀ ਦੁਨੀਆ ਸਾਰੀ ਖਰਾਬ ਉਹਨੂੰ ਰੋਕਣ ਵਾਸਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਇੱਕ ਮਹੀਨਾ ਜਮੇਲੀ ਮੰਜੇ 'ਤੇ ਰਹੇ 2 ਕਿਲੋ ਮੱਖਣ ਜਿਹੜਾ ਸੀ ਸਰੀਰ 'ਤੇ ਲਾਉਂਦੇ ਸਿੰਘ ਪਤਾ ਨਹੀਂ ਲੱਗਦਾ ਸੀ ਜਾਂਦਾ ਕਰ 2 ਕਿਲੋ ਮੱਖਣ ਤੁਸੀਂ ਕਿਸੇ ਡੰਗਰ ਨੂੰ ਦੇ ਦੇਣਾ ਉਹ ਪੱਛਦਾ ਨਹੀਂ ਜਾਂ ਪੱਠੇ ਛੱਡ ਜੂਗਾ ਜਾਂ ਸਿਹਤ ਖਰਾਬ ਅਤੇ ਸਾਧ ਸੰਗਤ ਜੀ ਲੋਕ ਉੱਥੇ ਸਾਰੀ ਦਿਹਾੜੀ ਸਿੰਘ ਮੱਖਣ ਲਾਉਂਦੇ ਰਹਿੰਦੇ ਸੀ ਅਤੇ ਬਾਬਾ ਗੁਰਬਚਨ ਸਿੰਘ ਜੀ ਉਹਨਾਂ ਦੇ ਸੇਵਕ ਸਨ ਡੰਡੇ ਵਾਲੇ ਵੀ ਘੋੜੇ ਵਾਲੇ ਵੀ ਕਹਿੰਦੇ ਉਹਨਾਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਸਰੀਰ ਨੂੰ ਕਿੰਨੀ ਕੁ ਤਕਲੀਫ ਹੈ ਕਹਿੰਦੇ ਗੁਰਬਚਨ ਸਿੰਘ ਸਾਰੇ ਹਿੰਦੁਸਤਾਨ ਨੂੰ ਇੰਨੇ ਵੀ ਵੰਡ ਕੇ ਦੇ ਦਿੱਤੀ ਨਾ ਤੜਪ ਤੜਪ ਕੇ ਸਾਰੇ ਮਰ ਜਾਂਦੇ ਇੰਨੀ ਤਕਲੀਫ ਹੈ। ਇਹ
ਫਿਰ ਵੀ ਦੁਨੀਆਂ ਜਾ ਜਾ ਕੇ ਉਹਨਾਂ ਦੇ ਕੋਲ ਆਪਣੀਆਂ ਮੰਗਾਂ ਆਪਣੀਆਂ ਦੁੱਖਾਂ ਦੀਆਂ ਗੱਲਾਂ ਜ਼ਿਆਦਾ ਦੱਸਦੇ ਸੀ, ਉਹਨਾਂ ਨੂੰ ਨਿਵਰਤ ਕਰੀ ਜਾਂਦੇ ਸੀ ਬੈਠੇ ਫੇਰ ਵੀ। ਤੇ ਸਰੀਰ ਛੱਡਣ ਵੇਲੇ ਜਦੋਂ ਅੰਤ ਸਮਾਂ ਆਇਆ 28 ਤੱਕ ਆਉਣ ਦਾ ਦਿਨ ਅਸੀਂ ਮਨਾ ਕੇ ਬੈਠੇ ਹਾਂ। ਹਰ ਪਰਿਵਾਰ ਬਹੁਤ ਵੱਡੀ ਪੱਧਰ 'ਤੇ ਉਹਨਾਂ ਦਾ ਦਿਨ ਦੁਨੀਆਂ ਸ਼ਰਧਾਲੂ ਮਨਾਉਂਦੇ ਆ, ਦੇਸ਼ ਵਿਦੇਸ਼ਾਂ ਤੋਂ ਆ ਕੇ ਦੁਨੀਆਂ ਲੰਗਰ ਲਾਉਂਦੀ ਆ, ਪਿੰਡਾਂ ਨਗਰਾਂ ਨੇ ਲੰਗਰ ਲਾਏ, ਬੜੇ ਸ਼ਰਧਾ ਭਾਵ ਗੁਰਮੁਖਾਂ ਨੇ ਆ ਕੇ ਸੇਵਾ ਕੀਤੀਆਂ। ਅਤੇ 27 ਕੱਤਕ ਵਾਲੀ ਰਾਤ ਨੂੰ ਖਾਧਾ ਤੇਰਾ ਸਰੀਰ ਬੜਾ ਕਮਜ਼ੋਰ ਹੋ ਗਿਆ ਸੀ, ਸਾਧ ਸੰਗਤ ਕੀ ਖਾਧਾ ਪੀਤਾ ਕੁਛ ਨਹੀਂ ਹੈ, ਸਰੀਰ ਇੰਨਾ ਕਮਜ਼ੋਰ ਹੋ ਗਿਆ ਕਿ ਇੱਦਾਂ ਮੰਜੇ ਦੀਆਂ ਬਾਹਾਂ ਫੜ ਕੇ ਤਾਂ ਸੈਡਾਂ ਤੋਂ ਫੜ ਕੇ ਬੈਠੇ ਸੀ, ਸਰੀਰ ਇੱਦਾਂ ਸਿੱਧਾ ਸਿੱਧਾ ਰੱਖਦੇ ਹੁੰਦੇ ਸੀ, ਪਹਿਲਾਂ ਸਰੀਰ ਤਾਂ ਸਿੱਧਾ ਰਹਿੰਦਾ ਸੀ, ਫਿਰ ਉਹ ਸਰੀਰ ਇੱਦਾਂ ਹੋ ਗਿਆ ਕਿ ਇੱਦਾਂ ਬਾਹਾਂ ਸੈਡਾਂ ਤੋਂ ਫੜ ਕੇ ਤਾਂ ਫਿਰ ਮੰਜੇ 'ਤੇ ਬੈਠੇ। ਉਹ ਫਿਰ ਜਦ 27 ਕੱਤਕ ਵਾਲੀ ਰਾਤ ਆਈ ਅਤੇ ਰਾਤ ਨੂੰ ਇੱਥੇ ਖੰਘਣ ਲੱਗ ਗਿਆ, ਖੰਘੀ ਗਏ ਉਹਨਾਂ ਖੰਘ ਵਾਲਾ ਗੋਲਾ ਜਿਹਾ ਨਿਕਲੇ, ਰੇਸ਼ਾ ਪਸੀ ਨਹੀਂ, ਸਾਰੀ ਰਾਤ ਜ਼ੋਰ ਲਾਉਂਦੇ ਰਹੇ। ਅਖੀਰ ਤੱਕ 3 ਵਜੇ ਜਾ ਕੇ ਕਿਉਂਕਿ ਸਿੰਘ ਨੇ ਬਾਟੀ ਚੱਕੀ ਤਾਂ ਉਹ ਇੱਕ ਗੋਲਾ ਜਿਹਾ ਪਿੱਛਾ ਜਾਣਾ ਰੇਸ਼ਾ ਦਾ ਬਣਿਆ ਗੋਲ ਜਿਹਾ ਲੱਖੂ ਲਾਲ ਰੰਗ ਦਾ ਗੋਲਾ ਜਿਹਾ ਚੁੱਕਿਆ ਤਾਂ ਉਹਨੇ ਬਾਟੀ ਚੁੱਕਿਆ ਅਤੇ ਉਹ ਕਹਿਣ ਲੱਗਾ ਸਿੰਘ ਕਹਿੰਦਾ ਮਹਾਰਾਜ ਲੱਖੂ ਆਇਆ ਰੇਸ਼ਾ ਦੇ ਨਾਲ ਗੋਲਾ ਜਿਹਾ ਲੱਖੂ ਦਾ ਨਿਕਲਿਆ। ਪੌੜੀ ਦਾਣੀ ਬਚਨ ਕੀਤਾ ਕਹਿੰਦੇ ਇਹ ਗੁਰਮੁਖਾ ਜਿਹੜੇ ਦੁਨੀਆਂ 'ਤੇ ਐਟਮ ਬੰਬ ਚੱਲਣੇ ਸੀ ਹੁਣ ਚੱਲਣ, ਸਾਰੇ ਆਪਣੇ ਸਰੀਰ 'ਤੇ ਗਏ, ਉਹਨਾਂ ਡਾਕਟਰਾਂ ਨੂੰ ਪਤਾ ਨਹੀਂ ਲੱਗਾ ਉਹ ਕਿੱਥੇ ਗਏ ਬਾਬਾ, ਉਹਨਾਂ ਮਹਾਂਪੁਰਸ਼ਾਂ ਦੀਆਂ ਗੱਲਾਂ ਤਾਂ ਬਾਬਾ ਤੁਸੀਂ ਕਿੰਨੇ ਦਿਨ ਕਰੀ ਜਾਓ ਗਿਣਤੀ ਕੋਈ ਨਹੀਂ ਆ, ਜਿੰਨੇ ਕੁ ਸਤਸੰਗ ਦੀ ਤਾਰਿਆਂ ਦੀ ਗਿਣਤੀ ਤਾਂ ਬਿਲਕੁਲ ਸਾਇੰਸਦਾਨ ਵਿਦਵਾਨ ਕਰ ਲੂੰਗਾ, ਜਿਹੜੇ ਬਾਬਾ ਜਵਾਲਾ ਸਿੰਘ ਜੀ ਨੇ ਤਾਰੇ ਉਹਨਾਂ ਦੀ ਗਿਣਤੀ ਕੀਤੀ, ਦ੍ਰਿਸ਼ਟੀ ਕਰ ਦੇਣੀ ਭਲਾ ਕਰ ਦੇਣਾ, ਕੰਮ ਆਪ ਕਰ ਦੇਣਾ, ਪੁਰਾਣੇ ਸੰਤਾਂ ਕੋਲ ਦਵਾਈ ਲੈ ਕਿਸੇ ਦਾ ਕੁਛ ਕਰ ਦੇਣਾ ਕਿਸੇ ਦਾ ਕੁਛ, ਮਾਮੂਲੀ ਗੱਲਾਂ ਸਨ ਉਹਨਾਂ ਵਾਸਤੇ ਲੱਗਦੀਆਂ, ਦੁਨੀਆਂ ਨੱਠੀ ਕਰਦੀ ਜਿਹਨਾਂ ਵਾਸਤੇ ਮੇਰਾ ਮੁੰਡਾ ਬਾਹਰ ਚੱਲ ਜਾਵੇ ਮੇਰੀ ਕੁੜੀ, ਇਹ ਤਾਂ ਮਾਮੂਲੀ ਗੱਲਾਂ ਸਨ ਉਹਨਾਂ ਵਾਸਤੇ, ਉਹਨਾਂ ਨੂੰ ਸਭ ਸਾਧ ਸੰਗਤ ਜੀ ਬਾਹਰ ਅੰਦਰ ਜਾਣਾ ਵੀ ਦੁਨੀਆਂ ਔਖਾ ਕਰਦਾ, ਫਿਰ ਸਾਰੀ ਜ਼ਿੰਦਗੀ ਇੱਕ ਗੱਲ ਉਹਨਾਂ ਦੀ ਕਿਉਂ ਸਾਧ ਸੰਗਤ ਜੀ ਭੋਲੇ 'ਚ ਨਹੀਂ ਸਾਰੀ ਜ਼ਿੰਦਗੀ ਬਾਹਰ ਜਿੱਥੇ ਕੁੰਡੀ ਲਾ ਕੇ ਅੰਦਰ ਬਾਹਰ ਜਿੱਥੇ ਸੰਗਤ ਬਹਿੰਦੀ ਸੀ ਉੱਥੇ ਬਹਿ ਜਾਣੀ, ਕੋਈ ਦੁਨੀਆਂ ਦਾ ਬੰਦਾ ਅੱਜ ਉਹਨਾਂ ਦੇ ਜੀਵਨ 'ਤੇ ਉਂਗਲ ਰੱਖਣ ਦੀ ਕਿਤੇ ਜ਼ਰੂਰਤ ਨਹੀਂ ਹੈ। ਅੱਜ ਤੱਕ ਦੁਨੀਆਂ ਦੇ ਕਿਸੇ ਬੰਦੇ ਨੇ ਮੈਂ ਦੇਖੇ ਸੰਤ ਸਾਧ ਸੰਗਤ ਜੀ ਬੜੇ ਬੜੇ ਸਾਧੂ ਨੇ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਮੈਂ ਸਾਰਿਆਂ ਸੰਤਾਂ ਦਾ ਸਤਿਕਾਰ ਕਰਦਾ, ਪਰ ਜਿਹੜੇ ਨੈੱਟ ਦੇਖਣ ਵਾਲੇ ਬਹੁਤ ਸਾਰੇ ਬੱਚੇ ਹਨ ਉਹਨਾਂ ਵਿੱਚ ਦੇਖੋ ਚੰਗੇ ਚੰਗੇ ਸਾਧੂਆਂ ਦਾ ਮਾੜਾ ਚੰਗਾ ਬੋਲਿਆ ਗਿਆ, ਚੰਗੇ ਚੰਗੇ ਜਿਹੜੇ ਮਹਾਨ ਗੁਰੂ ਪੁਰਸ਼ ਹੋਏ ਆ ਉਹਨਾਂ ਨੂੰ ਵੀ ਮਾੜਾ ਚੰਗਾ ਨੈੱਟ 'ਤੇ ਲਿਖਿਆ, ਪਰ ਮੈਂ ਇੱਕ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਫੋਟੋ ਵੀ ਅੱਜ ਤੱਕ ਦੇਖੀ, ਕਿਸੇ ਨੇ ਉਹਨਾਂ ਦੇ ਜੀਵਨ 'ਤੇ ਉਂਗਲੀ ਨਹੀਂ ਰੱਖੀ ਕਿ ਉਹਨਾਂ ਦੇ ਜੀਵਨ ਕਿੱਦਾਂ, ਵੱਡੇ ਵੱਡੇ ਮਹਾਂਪੁਰਸ਼ ਉਹਨਾਂ ਦੇ ਚਰਨਾਂ 'ਚ ਗੁਰੂ ਸਾਹਿਬ, ਅੱਜ ਵੀ ਤੁਸੀਂ ਰੋਪੜ ਜਾਓ ਬਾਬਾ ਸ਼ਾਦੀ ਸਿੰਘ ਉਹ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ 'ਚ ਗੁਰੂ ਸਾਹਿਬ ਸ਼ਖਸੀਅਤ ਜਿਹੜੀ ਉੱਥੇ ਗੱਡੀ ਖੜ੍ਹੀ ਹੈ ਉਹਦਾ ਡਰਾਈਵਰ ਅਨੂਪ ਸਿੰਘ ਸੈਣੀ ਬਰਾਦਰਾਂ ਦਾ ਸੰਬੰਧ ਸੀ, ਮੈਂ ਵੀ ਉਹਨੂੰ ਮਿਲ ਕੇ ਆਇਆ ਸੀ, ਪਹਿਲਾਂ ਗੱਡੀ ਮੈਂ ਹੀ ਦੇਖ ਕੇ ਆਇਆ ਸੀ, ਉਹ ਬੜਾ ਬਰਾਗੀ ਪੁਰਸ਼ੀ ਬਰਾਗ ਦੇ ਵਿੱਚ ਹੀ ਰਹਿੰਦਾ ਸੀ ਬਾਬਾ ਸ਼ਾਦੀ ਸਿੰਘ ਸਾਧ ਸੰਗਤ ਜੀ, ਅੱਜ ਤਾਂ ਦੁਨੀਆਂ ਪਿੰਡਾਂ ਵਿੱਚ ਲੈ ਲੈ ਕੇ ਬੋਲੀਆਂ ਸੰਤ ਤੁਰੇ ਫਿਰਦੇ ਆ, ਮੈਂ ਉਹਨਾਂ ਦੀ ਥਾਂ ਨੂੰ ਇੱਕ ਗੱਲ ਦੱਸਦਾ ਕਿ ਬਾਬਾ ਸ਼ਾਦੀ ਸਿੰਘ ਲੰਗਰ ਲਾਇਆ ਹੋਇਆ ਸੀ ਅਨੰਦਪੁਰ ਸਾਹਿਬ, ਜਦੋਂ ਲੰਗਰ ਲੱਗਿਆ ਸੀ ਅਨੰਦਪੁਰ ਸਾਹਿਬ ਅਤੇ ਬਾਬਾ ਸ਼ਾਦੀ ਸਿੰਘ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਲੰਗਰ ਦੀ ਰਸਤਾ ਘੱਟ ਗਈ ਹੈ ਕੀ ਹੁਕਮ ਹੈ, ਕਹਿੰਦੇ ਚੁੱਪ ਕਰਕੇ ਥੋੜ੍ਹਾ ਚਿਰ ਬਾਅਦ ਕਹਿੰਦੇ ਕੁੜੀ ਦਾ ਵਿਆਹ ਰੱਖਿਆ ਭਾਂਡੇ ਮੁੰਡੇ ਮਾਰੋ ਮੇਲਾ ਦੇਖੋ, ਉਹ ਫਿਰ ਆਏ ਬਾਬਾ ਸ਼ਾਦੀ ਸਿੰਘ ਦੁਆਰਾ ਫਿਰ ਕਹਿੰਦੇ ਮਹਾਰਾਜ ਸੰਗਤ ਬੈਠੀ ਬਹੁਤ ਹੈ ਖਾਣ ਵਾਸਤੇ ਛਕਣ ਵਾਸਤੇ ਕੀ ਕਹੀਏ ਉਹਨਾਂ ਨੂੰ, ਫਿਰ ਕਹਿਣ ਲੱਗੇ ਕੁੜੀ ਦਾ ਵਿਆਹ ਰੱਖਿਆ ਜਿਹੜਾ ਸੰਗਤ ਆ ਰਸਤ ਭੇਜੂਗੀ ਲਾ ਦਿਓ ਨਹੀਂ ਤਾਂ ਭਾਂਡੇ ਮੂਹਰੇ ਮਾਰੋ ਮੇਲਾ ਦੇਖੋ, ਕਹਿੰਦੇ ਬੇਨਤੀ ਵੀ ਉਹਦੀ ਆ ਸਤਿਕਾਰ ਵੀ ਉਹਦਾ, ਇੱਕ ਰੱਬ ਦਾ ਆਸਰਾ ਲੈ ਕੇ ਬ੍ਰਹਮ ਗਿਆਨ ਨੂੰ ਇੱਕ ਉੱਪਰ ਆਸ ਇੱਕ ਪਰਮੇਸ਼ਰ 'ਤੇ ਆਸ ਰੱਖਣੀ ਹੋਰ ਦੁਨੀਆਂ 'ਚ ਕਿਸੇ ਦੀ ਆਸ ਨਹੀਂ, ਕਿਸੇ ਦਾ ਕੋਈ ਸਾਰੀ ਜ਼ਿੰਦਗੀ ਵਿੱਚ ਕਿਸੇ ਕੋਲ ਥੋੜ੍ਹੀ ਜਿਹੀ ਪਾਵਰ ਆ ਜਾਵੇ ਉਹਨੂੰ ਸੰਭਾਲਣੀ ਔਖੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਵਿੱਚ ਵਿਚਿੱਤਰ ਨਾਟਕ ਵਿੱਚ ਲਿਖਿਆ ਜਿਨ ਵੀ ਤਨ ਅਸਿੱਧ ਕੋ ਪਾਇਓ ਤਿੰਨ ਤਿੰਨ ਆਪਣਾ ਰਾਜ
ਮਾੜੀ ਤੇ ਸਿੱਧੀ ਮਿਲੀ ਤਾਂ ਆਪਣਾ ਪੰਥ ਚਲਾ ਲਿਆ ਤੇ ਸਾਧ ਸੰਗਤ ਜੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਸਾਰੀ ਜ਼ਿੰਦਗੀ ਸਰਾਪ ਕਿਸੇ ਨੂੰ ਨਹੀਂ ਦਿੱਤਾ। ਇਹ ਤਾਂ ਮਾੜਾ ਦੇ ਸਾਹਮਣੇ ਕਈ ਵਾਰ ਬੰਦਾ ਗਾਲਾਂ ਕੱਢ ਜਾਵੇ, ਕਿਸੇ ਨੂੰ ਕੁਛ ਨਹੀਂ। ਏਦਾਂ ਮੂਰਤੀ ਪਰਮੇਸ਼ਵਰ ਦੀ ਮੂਰਤੀ, ਜਿੱਦਾਂ ਮੁਰਦੇ ਨੂੰ ਕੋਈ ਗਾਲਾਂ ਕੱਢ ਦੇਵੇ, ਮੁਰਦੇ ਦੀ ਕੋਈ ਮਹਿਮਾ ਕਰ ਦੇਵੇ, ਮੁਰਦਾ ਕੁਛ ਨਹੀਂ ਨਾ ਕਹਿੰਦਾ। ਇੱਕ ਵਾਰੀ ਕਾਲੇ ਵਾਲੇ ਡਾਕਟਰ ਸਾਹਿਬ ਸਿੰਘ ਬਾਬਾ ਜਵਾਲਾ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਸਾਡੇ ਨਾਲ ਦੁਕਾਨ ਤੇ ਚੱਲੋ, ਜਿੱਦਾਂ ਦਾ ਕੱਪੜਾ ਤੁਹਾਨੂੰ ਚੰਗਾ ਲੱਗਦਾ ਅਸੀਂ ਤਾਂ ਦਾ ਸਵਾ ਦਈਏ। ਤੇ ਕਹਿਣ ਲੱਗੇ ਹੱਸ ਕੇ, ਮਾੜਾ ਜਿਹਾ ਹੱਸ ਕੇ ਕਹਿਣ ਲੱਗੇ ਤੇ ਡਾਕਟਰ ਸਾਹਿਬ ਕਦੀ ਮੁਰਦਾ ਵੀ ਕਹਿੰਦਾ ਹੁੰਦਾ ਮੈਨੂੰ ਏਦਾਂ ਦਾ ਕੱਪੜਾ ਸਵਾ ਦਿਓ? ਕਹਿੰਦੇ ਜਿੱਦਾਂ ਦਾ ਮਰਜ਼ੀ ਸਵਾ ਦਿਓ। ਕਹਿੰਦੇ ਮੈਂ ਉਹਦਾ ਜਿਹੜਾ ਕਦਰ ਨੂੰ ਪਸੰਦ ਕਰਦਾ ਸਾਦਾ ਜਿਹਾ ਜੀਵਨ ਰੱਖਣਾ ਤਾਂ ਨਹੀਂ। ਇੱਕ ਵਾਰੀ ਬਾਬਾ ਜਵਾਲਾ ਸਿੰਘ ਜੀ ਨਥਨਪੁਰ ਸੰਤ ਮਹਾਰਾਜ ਬਾਬਾ ਅਜੀਤ ਸਿੰਘ ਜੀ ਨਥਨਪੁਰ ਵਾਲੇ ਹੋਏ ਆ, ਉੱਥੇ ਗਏ ਇੱਕ ਵਾਰੀ। ਜਦੋਂ ਤੁਰਨ ਲੱਗੇ ਉਹਨਾਂ ਦੇ ਸੇਵਕਾਂ ਨੇ ਕਿਹਾ ਮਹਾਰਾਜ ਦਸਤਾਰ ਕੋਈ ਇੱਦਾਂ ਦਾ ਕੋਈ ਉਹਨਾਂ ਦਾ ਸਤਿਕਾਰ ਕਰੀਏ? ਉਹ ਕਹਿੰਦੇ ਭਾਈ ਇਹ ਉਹਨਾਂ ਗੱਲਾਂ ਤੋਂ ਉੱਤੇ ਆ। ਉਹ ਨਥਨਪੁਰ ਕਹਿਣ ਲੱਗੇ ਇਹ ਉਹਨਾਂ ਗੱਲਾਂ ਤੋਂ ਬ੍ਰਹਮ ਅਵਸਥਾ ਵਾਲੇ ਸਨ। ਇੱਕ ਵਾਰੀ ਕਿਸੇ ਨੇ ਕਿਹਾ ਬਾਬਾ ਜੀ ਤੁਸੀਂ ਆ ਬੀਬੀ ਬੀਬੀ ਅਮਰ ਕੌਰ ਦੇ ਆ, ਇਹਨੂੰ ਤੁਸੀਂ ਪਹਾੜ ਤਾਂ ਜੰਗਲ ਚ ਜਿੰਨਾ ਚਿਰ ਤੁਸੀਂ ਇਹਦਾ ਪ੍ਰਸ਼ਾਦਾ ਮਿਲ ਜਾਂਦੇ ਨੇ ਬਾਅਦ ਚੋਂ ਪੁੱਛੂਗਾ। ਕਹਿਣ ਲੱਗੇ ਸੰਤ ਜੀ ਜੇ ਸੰਤ ਮਰ ਕੇ ਵੀ ਸੰਭਾਲ ਨਾ ਕੀਤੀ ਤਾਂ ਫਿਰ ਤਾਂ ਜੀਵ ਹੀ ਹੋਇਆ, ਬ੍ਰਹਮ ਦਾਨਾ ਨਾ ਹੋਇਆ। ਜਿਹੜਾ ਬ੍ਰਹਮ ਅਵਸਥਾ ਵਾਲਾ ਸਾਧੂ ਉਹ ਮਰਦਾ ਨਹੀਂ ਕਰਦਾ, ਕਿਉਂਕਿ ਜਦ ਰੱਬ ਨਹੀਂ ਜਾਂਦਾ ਕਿਤੇ ਪਰਮੇਸ਼ਰ ਇੱਥੇ ਹੀ ਰਹਿੰਦਾ। ਇਹ ਜਗ ਸੱਚੇ ਕੀ ਹੈ ਕੋਟਲੀ ਸੱਚੇ ਕਾ ਵਿੱਚ ਵਾਸ, ਜਦ ਪਰਮੇਸ਼ਰ ਇੱਥੇ ਬੈਠਾ ਤੇ ਸਾਧੂ ਨੇ ਕਿੱਥੇ ਨੂੰ ਜਾਣਾ? ਉਹ ਬ੍ਰਹਮ ਉਹਦੇ ਵਿੱਚ ਹੀ ਹੈ, ਉਹ ਇੱਥੇ ਹੀ ਹੈ। ਜਦੋਂ ਤੁਸੀਂ ਯਾਦ ਕਰੋਗੇ ਹਾਜ਼ਰ ਸੰਤ ਬਾਬਾ ਹਰੀ ਸਿੰਘ ਜੀ ਮਕੇਰੀਆਂ ਵਾਲੇ ਕੋਈ ਸਟੇਜ ਤੇ ਬੈਠੇ ਸੀ ਸਾਧ ਸੰਗਤ ਜੀ, ਉਹਨਾਂ ਨੂੰ ਇੱਕ ਚਿੱਠੀ ਆਈ ਬਾਹਰੋਂ ਅਮਰੀਕਾ ਦਾ, ਤਕਰੀਬਨ ਡੇਢ ਸਾਲ ਬਾਬਾ ਜੀ ਦੇ ਸਰੀਰ ਛੱਡਣ ਤੋਂ ਬਾਅਦ। ਉਹ ਬਾਬਾ ਹਰੀ ਸਿੰਘ ਜੀ ਨੇ ਇੱਦਾਂ ਪੜ੍ਹ ਕੇ ਸੁਣਾਇਆ, ਔਰ ਪੜ੍ਹ ਕੇ ਸੁਣਾਈ ਸਾਧ ਸੰਗਤ ਜੀ ਅੱਖਾਂ 'ਚ ਪਾਣੀ ਭਰ ਕੇ ਰੋ ਰੋ ਕੇ ਸੁਣਾਈ। ਇਹ ਕਹਿਣ ਲੱਗੇ ਉਹਦੇ 'ਤੇ ਲਿਖਿਆ ਸੀ ਕਿ ਬਾਬਾ ਜੀ ਬਾਬਾ ਜਵਾਲਾ ਸਿੰਘ ਸਾਥੀ ਥੋੜ੍ਹੇ ਦਿਨ ਥੋੜ੍ਹੀ ਅੱਖਾਂ ਗਏ ਆ, ਉਹਨਾਂ ਦੇ ਪੈਰ 'ਤੇ ਸੱਟ ਲੱਗੀ ਸੀ, ਕੀ ਹਾਲ ਆ? ਉਹ ਬਾਬਾ ਹਰੀ ਸਿੰਘ ਨੇ ਇੱਦਾਂ ਚਿੱਠੀ ਕੀਤੀ, ਕਹਿਣ ਲੱਗੇ ਸਾਧ ਸੰਗਤ ਜੀ ਦੱਸੋ ਕੀ ਜਵਾਬ ਦੇਈਏ ਇਸ ਚਿੱਠੀ ਦਾ, ਇਹ ਚਿੱਠੀ ਦਾ ਕੀ ਜਵਾਬ ਦੇਈਏ? ਉਹ ਬ੍ਰਹਮ ਅਵਸਥਾ ਜਿਹੜੇ ਗੁਰੂ ਨਾਨਕ ਸਾਹਿਬ ਜੀ ਦਾ ਸੰਸਕਾਰ, ਜਿਹਦਾ ਸੰਸਕਾਰ ਨਹੀਂ ਹੋਇਆ ਸਰੀਰ ਨੂੰ ਜਿੱਥੇ ਮਰਜ਼ੀ ਪ੍ਰਗਟ ਕਰ ਲਵੇ, ਉਹ ਸਰੀਰ ਐਸੇ ਹੋਇਆ ਜਿਹਨਾਂ ਦੇ ਸੰਸਕਾਰ ਆ। ਬਾਬਾ ਸ੍ਰੀ ਚੰਦ ਜੀ ਦਾ ਸੰਸਕਾਰ ਆ, ਬਾਬਾ ਲਖਮੀ ਦਾਸ ਉਹਨਾਂ ਦੀ ਗੁਰਬਾਣੀ ਘੋੜਾ ਨਾਥੀ ਕੀਤਾ, ਇਹ ਕਿਤੇ ਸੰਸਾਰ ਵਿੱਚ ਉਹਨਾਂ ਦਾ ਸੰਸਕਾਰ ਹੋਣ। ਹੋਰ ਵੀ ਵੱਡੇ ਵੱਡੇ ਮਹਾਂਪੁਰਸ਼ ਸਰੀਰ ਲੋਕ ਕਰਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਪਤਾਲ ਨੂੰ ਚਲੇ ਗਏ, ਦਸਵੇਂ ਪਾਤਸ਼ਾਹ ਜੀ ਘੋੜੇ ਤੇ ਚੜ੍ਹ ਕੇ ਅਲੋਪ ਹੋ ਗਏ, ਸੰਤ ਰਤਨ ਦਾਸ ਨੂੰ ਜਾ ਕੇ ਪ੍ਰਸਾਦ। ਜਿਹੜੀ ਬ੍ਰਹਮ ਅਵਸਥਾ ਹੈ ਉਹ ਕਦੀ ਵੀ ਸਾਧ ਸੰਗਤ ਦੀ ਖਤਮ ਨਹੀਂ ਹੁੰਦੀ। ਸੰਤ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ ਤੋਂ ਗੁਰੂ ਸਾਹਿਬ ਸਖੀਅਤ ਸੰਤ ਬਾਬਾ ਮੇਹਰ ਸਿੰਘ ਦੀ ਕਲੋਰੀ ਨਿਕਰਾਂ ਵਾਲੇ ਹੋਏ ਆ। ਉਹਨਾਂ ਨੂੰ ਸੰਤ ਬਾਬਾ ਜਵਾਲਾ ਸਿੰਘ ਇੱਕ ਸਮੇਂ 'ਤੇ ਉਹਨਾਂ ਦੇ ਭਤੀਜੇ ਦਾ ਵਿਆਹ ਸੀ, ਉੱਥੋਂ ਫੌਜ ਵਿੱਚੋਂ ਛੁੱਟੀ ਨਾ ਮਿਲੀ ਤਾਂ ਉਹਨਾਂ ਨੇ ਦੋ ਸਰੀਰ ਬਣਾ ਕੇ ਇੱਕ ਸਰੀਰ ਵਿਆਹ ਵਿੱਚ ਅਤੇ ਇੱਕ ਉੱਥੇ ਦੋਹੀ ਜਗ੍ਹਾ 'ਤੇ ਘੁੰਮ ਗਏ। ਫਿਰ ਬਾਬਾ ਜੀ ਨੇ ਕਿਹਾ ਵੀ ਇੱਕ ਮੈਦਾਨ ਵਿੱਚ ਦੋ ਤਲਵਾਰਾਂ ਨਹੀਂ ਰਹਿਣੀਆਂ, ਜਾਂ ਤੁਸੀਂ ਸਰੀਰ ਛੱਡ ਲਓ ਨਹੀਂ ਅਸੀਂ ਛੱਡ ਦਿੰਦੇ। ਫਿਰ ਉਹ ਬਾਬਾ ਮੇਹਰ ਸਿੰਘ ਸਰੀਰ ਛੱਡ, ਜਿਹੜੇ ਬ੍ਰਹਮ ਅਵਸਥਾ ਵਾਲੇ ਸਾਧੂ ਆ। ਠੀਕ ਆ ਸਾਧੂ ਸਾਰਿਆਂ ਦਾ ਸਤਿਕਾਰ ਕਰੋ, ਕੋਈ ਵੀ ਸਾਧੂ ਭੇਖ ਹੈ ਉਹਦਾ ਵੀ ਸਤਿਕਾਰ ਕਰੋ, ਮੈਂ ਇਹ ਨਹੀਂ ਕਹਿੰਦਾ। ਇਹ ਨਹੀਂ ਕਿ ਪੂਰਨ ਸਾਧੂ ਲੱਭਾ ਨਹੀਂ ਅਤੇ ਬਾਕੀਆਂ ਦਾ ਨਿਰਾਦਰ ਕਰੇ, ਨਿਰਾਦਰ ਨਹੀਂ ਜਿਹੜਾ ਉਸ ਰਸਤੇ 'ਤੇ ਤੁਰ ਪਿਆ। ਅੱਜ ਵੀ ਕੱਲ੍ਹ ਨੂੰ ਪਹੁੰਚ ਗਈ, ਕੱਲ੍ਹ ਨੂੰ ਪਰਸੋਂ ਨੂੰ ਪਹੁੰਚ ਗਈ, ਉਹ ਕਦੀ ਨਾ ਕਦੀ ਜਿਹੜਾ ਪੌੜੀ 'ਤੇ ਚੜ੍ਹੇਗੀ ਧਰਮ ਦੀ ਪੌੜੀ 'ਤੇ ਪੈਰ ਰੱਖਦਾ, ਉਹ ਦੋ ਚਾਰ ਮੋਢੇ ਦਸ ਮੋਢੇ ਕਰਕੇ ਕਦੀ ਨਾ ਕਦੀ ਪਹੁੰਚ ਜਾਊਗਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਕਿ ਸੁਜਨ ਕੇ ਪਗ ਨੇ ਤਾਂ ਪੂਜੀ ਹੈ ਮੇਰੀ ਬਿਗੜੀ ਗਈ, ਜੋ ਮਾਰਗ ਧਰਮ 'ਤੇ ਦੇ ਸੰਗਰਾਮ, ਜਿਹੜੇ ਧਰਮ ਦੇ ਮਾਰਗ 'ਤੇ ਚੱਲੇ ਉਹਨਾਂ ਦੇ ਪੈਰਾਂ ਦੀ ਪੂਜਾ ਕਰਦਾ। ਜੋ ਜੋ ਦਿਸੇ ਜੋ ਸੇ ਖੜਾ ਸੰਜਮਨ ਨੂੰ ਲਾਗਾ ਪਾਏ, ਜਿਹੜਾ ਗੁਰੂ ਦੇ ਦਰਵਾਜ਼ੇ 'ਤੇ ਖੜਾ ਰੇਸਾਂ ਕਰਨ ਤਰਾੜੀਆਂ ਸੇਵਨ ਕਰ ਖੜੀਆਂ, ਜਿਹੜੇ ਉਹਦੇ ਦਰਵਾਜ਼ੇ 'ਤੇ ਖੜੇ ਉਹਨਾਂ ਦੇ ਪੈਰਾਂ ਨੂੰ ਨਿਮਨੇ ਆਪਣੇ ਪੈਰਾਂ ਨੂੰ ਮੱਥਾ ਟੇਕੋ। ਅੱਜ ਕੱਟੜਪੰਥੀ ਲੋਕ ਇਹਨਾਂ ਗੱਲਾਂ ਤੋਂ ਦੁਨੀਆਂ ਨੂੰ ਦੂਰ ਕਰ ਰੱਖੇ ਜਾਂ ਕਿਸੇ ਨੂੰ ਮੱਥਾ ਨਾ ਟੇਕੇ, ਉਹ ਗੁਰਮੁਖੋ ਮੱਥਾ ਟੇਕਣਾ ਤਾਂ ਫਾਇਦਾ ਹੀ ਹੈ, ਸਾਨੂੰ ਲਾਭ ਹੀ ਹੋਊਗਾ, ਮੋਹਰੇ ਕੋਈ ਅਸੀਸ ਹੀ ਦਊਗਾ।
ਤੁਸੀਂ ਕਿਸੇ ਬਜ਼ੁਰਗ ਨੂੰ ਮੱਥਾ ਟੇਕੋ, ਕਹਿੰਦੇ ਗੁਰੂ ਤੇਰਾ ਭਲਾ ਕਰੇ, ਉਹ ਤਾਂ ਮਹਾਰਾਜ ਤੇਰੀ ਬਾਜੀ ਰੱਖੇ, ਉਹ ਅਸੀਸ ਮਿਲੂਗੀ। ਜੇ ਨੀਵੇਂ ਨਹੀਂ ਹੋਣਾ ਅਸੀਸ ਕਿੱਥੋਂ ਮਿਲਣੀ ਹੈ। ਜਦੋਂ ਭਾਈ ਦਇਆ ਸਿੰਘ ਜੀ ਨੇ ਸੀਸ ਦਿੱਤਾ ਤੇ ਸਿਰ ਅੱਗੇ ਨੂੰ ਸਿੱਧਾ ਸਿਰ ਨਹੀਂ ਵੱਢਿਆ, ਸਿਰ ਮਹਿਮਾ ਕੀਤਾ। ਭਾਈ ਦਇਆ ਸਿੰਘ ਜੀ ਨੇ ਸੀਸ ਦਿੱਤਾ, ਭਾਈ ਕਰਮ ਸਿੰਘ ਜੀ ਨੇ ਸੀਸ ਅੱਗੇ ਨੂੰ ਕੀਤੇ ਔਰ ਫਿਰ ਕੱਟੇ ਗਏ। ਜਦੋਂ ਹੰਸ ਮੋਤੀ ਚੁਗਦਾ ਸਿਰ ਮਹਿਮਾ ਕਰਕੇ ਚੁਗਦਾ, ਜਦੋਂ ਪ੍ਰਾਪਤੀ ਹੋਗੀ ਨੀਵੇਂ ਹੋ ਕੇ ਹੋਊਗੀ। ਵੱਡੇ ਵੱਡੇ ਅਹੁਦਿਆਂ ਤੇ ਰਾਜਨੀਤਿਕ ਲੀਡਰ ਵੀ ਹੋਣ, ਉਹ ਵੀ ਜੇ ਵੱਡਾ ਲੀਡਰ ਹੈ ਉਹਦੇ ਥੱਲੇ ਚੁਗਣਾ ਪਊਗਾ ਥੱਲੇ ਵਾਲਿਆਂ ਨੂੰ, ਤਾਂ ਕੋਈ ਨਾ ਕੋਈ ਅਹੁਦਾ ਪ੍ਰਾਪਤ ਹੁੰਦਾ ਨਹੀਂ, ਮਿਲਦਾ ਨਹੀਂ। ਜਿਹੜਾ ਆਕੜ ਕੇ ਰਹੂਗਾ ਕੋਈ ਅਹੁਦਾ ਕਿਸੇ ਨੂੰ ਦਿੰਦਾ ਕੋਈ ਨਾ ਦਿੰਦਾ। ਵੱਡੇ ਅੱਗੇ ਨਿਭਣਾ ਪਊਗਾ। ਜੇ ਆਪਾਂ ਧਰਮ ਦੀ ਪੌੜੀ ਤੇ ਤੁਰਨਾ, ਜਿਹੜੇ ਧਰਮ ਦੀ ਪੌੜੀ ਦੇ ਥੱਲੇ ਕੋਈ ਉਹਨਾਂ ਦਾ ਨਿਰਾਦਰ ਨਾ ਕਰੋ, ਉਹਨਾਂ ਦੇ ਨਾਲ ਹੋ ਕੇ ਉਹਨਾਂ ਨੂੰ ਪੁੱਛੋ ਵੀ ਕਿੱਦਾਂ ਅਸੀਂ ਕਿੱਦਾਂ ਤੁਰੀਏ, ਸਾਨੂੰ ਤੁਰਨ ਦਾ ਕੋਈ ਰਸਤਾ ਦੱਸ। ਮੈਨੂੰ ਆਖਾਂ ਬਰਸਨ ਜੀ ਕਿ ਮੈਂ ਸੱਜਣ ਦੇ ਬੁਲਾਏ, ਆਪਣੇ ਦਿਲ ਦੀ ਗੱਲ ਦੱਸ ਦਿਓ, ਮੈਨੂੰ ਪਰਮੇਸ਼ਰ ਬੁਲਾ ਦੇ ਕੋਈ ਰਸਤਾ ਦੱਸ ਦਿਓ। ਜਿਹੜਾ ਰਸਤਾ ਦੱਸ ਦੇਵੇ, ਭੂਲੇ ਮਾਰਗ ਜਿਵੇਂ ਬਤਾਇਆ ਐਸਾ ਗੁਰੂ ਨੂੰ ਭਾਗੀ ਪਾਇਆ, ਐਸੇ ਸੰਤ ਦਾ ਮਲਾਪ ਹੋ ਜਾਣਾ ਵੱਡੇ ਕਰਮਾਂ ਦੀ ਨਿਸ਼ਾਨੀ ਹੈ, ਵੱਡੇ ਭਾਗਾਂ ਦੀ ਨਿਸ਼ਾਨੀ। ਸੋ ਇਸ ਕਰਕੇ ਇਸ ਨਗਰ ਦਾ ਮੈਂ ਤਾਂ ਵੈਸੇ ਧੰਨਵਾਦ ਮੈਂ ਕੀ ਕਰਾਂ, ਸੇਵਾ ਹੀ ਇਹ ਕਰਦੇ ਆ ਸਾਰੇ ਸੇਵਾਦਾਰ ਇੱਥੇ ਦੇ, ਬਹੁਤ ਜ਼ਿਆਦਾ ਬਾਬਾ ਜ਼ਿਆਦਾ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਇਸ ਨਗਰ ਦੇ ਸੇਵਾਦਾਰ ਸੇਵਾ ਕਰਦੇ ਆ। ਤਾਂ ਇਹ ਹਰੇਕ ਸਾਲ ਉਹਨਾਂ ਦੀ ਬਰਸੀ, ਉਹਨਾਂ ਦੀ ਯਾਦ ਬੜੀ ਸ਼ਰਧਾ ਨਾਲ ਇਕੱਠੇ ਹੋ ਕੇ ਸਾਰੇ ਦੇਖੋ, ਇੱਕ ਪ੍ਰੇਮ ਦੀ ਗੱਲ ਹੁੰਦੀ ਆ। ਐਤਕੀ ਐਸ ਘਰ ਬਰਸੀ ਆ, ਅਗਲੀ ਵਾਰੀ ਦੂਜੇ ਦੇ ਘਰ ਆਉਂਦੇ ਹੋ, ਅਗਲੀ ਇਹ ਪ੍ਰੇਮ ਦੀ ਗੱਲ ਆ, ਇਹ ਸਿਰਫ ਮੇਲ ਮਿਲਾਪ ਦੀ ਗੱਲ ਆ। ਆਪ ਸਾਰੇ ਸਾਲ ਉਹ ਸੰਤ ਮਿਲੋ, ਮੇਰੇ ਭਾਈ ਮਿਲ, ਹਰ ਘਰ ਕਥਾ ਕਰ, ਕੋਈ ਕਿਸੇ ਦਾ ਬੈਰ ਵਿਰੋਧ ਨਹੀਂ। ਇਹਦੇ ਵੀ ਆਉਣਾ ਜਾਲ ਵਾਲੇ ਸਾਰਿਆਂ ਨੇ, ਕੋਈ ਬੈਰ ਵਿਰੋਧ ਦੀ ਭਾਵਨਾ ਨਹੀਂ। ਅੱਜ ਇੱਥੇ ਆ, ਅਗਲੀ ਵਾਰੀ ਦੂਜੇ ਘਰ ਕਰਦੀ, ਉਹ ਤੋਂ ਵਾਰੀ ਅਗਲੇ ਦੂਜੇ ਘਰ ਕਰਦੀ, ਬੜੇ ਪ੍ਰੇਮ ਸ਼ਰਧਾ ਨਾਲ ਆਈ ਸੰਗਤ ਦੀ ਸੇਵਾ ਕਰਦੇ ਆ। ਅਤੇ ਰਾਜਨੀਤਿਕ ਲੀਡਰ ਵੀ ਸਾਧ ਸੰਤ ਸਿੰਘ ਖੰਡਲ, ਉਹ ਵੀ ਉਹਨਾਂ ਦੇ ਨਾਲ, ਸਰਦਾਰ ਦਸਾ ਸਿੰਘ ਇਸ ਪਿੰਡ ਦੇ ਸਰਪੰਚ ਹੈ, ਹੋਰ ਵੀ ਸਰਦਾਰ ਮਾਪਿਆਂ ਸਿੰਘ ਰਾਜਪੂਤ ਭਾਈਆਂ ਤੋਂ, ਹੋਰ ਵੀ ਰਾਜਨੀਤਿਕ ਲੀਡਰ, ਉਹ ਵੀ ਮਹਾਂਪੁਰਸ਼ਾਂ ਦੇ ਪ੍ਰੇਮ ਵਿੱਚ ਆਏ ਆ। ਕੋਈ ਵੋਟਾਂ ਮਾਰਨ ਨਹੀਂ ਸਾਡੇ ਕੋਲ ਆਉਣਾ, ਸਿਰਫ ਆਪਣਾ ਮਹਾਂਪੁਰਸ਼ਾਂ ਦੀ ਯਾਦ ਉਹਨਾਂ ਤੋਂ ਬਖਸ਼ਿਸ਼, ਉਹਨਾਂ ਦੇ ਕੋਲ ਅਸੀਸਾਂ ਲੈਣ ਵਾਸਤੇ ਕਿ ਉਹਨਾਂ ਦੀ ਯਾਦ ਬੈਠੇ ਆ। ਕੋਈ ਨਾ ਕੋਈ ਉਹਨਾਂ ਨੂੰ ਸਾਨੂੰ ਕੁਛ ਨਾ ਕੁਛ ਬਖਸ਼ਿਸ਼ ਪ੍ਰਾਪਤ ਹੋ ਜਾਵੇ। ਸਰਦਾਰ ਰਜਿੰਦਰ ਸਿੰਘ ਧਾਮੀ, ਉਹ ਵੀ ਬੜੇ ਗੁਰਮੁਖ ਪਿਆਰੇ ਮਹਾਂਪੁਰਸ਼ਾਂ ਦਾ ਸਤਿਕਾਰ ਕਰਦੇ, ਬਾਬਾ ਸੁਮਿੱਤਰ ਸਿੰਘ ਵੀ, ਉਹ ਵੀ ਫਰੀਦਕੋਟ ਤੋਂ ਉਹ ਵੀ ਆਏ ਆ, ਹੋਰ ਵੀ ਬਹੁਤ ਸਾਰੇ ਪ੍ਰਸੰਤੇ ਗੁਰਮੁਖ ਆਏ ਆ। ਮੈਂ ਸਾਰਿਆਂ ਨੂੰ ਸਾਧ ਸੰਗਤ ਜੀ ਬੜਾ ਧੰਨਵਾਦੀ ਹਾਂ, ਸਾਡੇ ਬਜ਼ੁਰਗਾਂ ਦੀ ਯਾਦ ਨਾਲ, ਮੇਰੇ ਬਾਬਾ ਜੀ ਲੱਗਦਾ ਸੀ ਮੇਰੇ ਬਜ਼ੁਰਗਾਂ ਦੀ ਯਾਦ ਵੀ ਮਨਾਵੀ, ਮੈਂ ਤਾਂ ਉਹਨਾਂ ਨੂੰ ਲੰਮਾ ਪੈ ਕੇ ਮੱਥਾ ਟੇਕਿਆ। ਮਜਨੂੰ ਕੁੱਤੇ ਦੇ ਪੈਰ ਚੱਟੀ ਜਾਂਦਾ, ਕਿਸੇ ਨੇ ਕਿਹਾ ਉਹ ਮਜਨੂੰ ਤੂੰ ਕੁੱਤੇ ਦੇ ਪੈਰ ਹੀ ਚੱਟੀ ਜਾਂਦਾ, ਉਹ ਕਹਿੰਦਾ ਇਹ ਮੇਰੀ ਗੇਲਾਂ ਦੇ ਕਦੀ ਕਦੀ ਉੱਥੇ ਗਲੀ ਵਿੱਚ ਦੀ ਘੁੰਮ ਕੇ ਆ ਜਾਂਦਾ। ਜਿਹੜੇ ਉਹਨਾਂ ਦੀਆਂ ਯਾਦਾਂ ਮਨਾਉਂਦੇ ਆ, ਅਸੀਂ ਉਹਨਾਂ ਦਾ ਸਤਿਕਾਰ ਕਰਦੇ, ਸਾਰਿਆਂ ਨੂੰ ਮੇਰੀ ਨਮਸਕਾਰ ਹੈ। ਸਾਰੇ ਸਾਧ ਸੰਗਤ ਜੀ ਪਤੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ